ਫੁੱਲ ਪਟਾਕੇ ਮੈਚ ਆ ਬਾਈ ਰਵਿੰਦਰ ਚੱਲ ਪਿਆ ਕੰਮ ਬਾਈ ਜਾਉਣੇ ਸਾਡੇ ਛੋਟੇ ਵੀਰ ਦਾ ਵੱਡਾ ਮਾਣ ਤੇ ਵੱਡਾ ਸਨਮਾਨ ਕੀਤਾ ਜਾ ਰਿਹਾ ਸਾਡੀ ਕਮੇਟੀ ਦੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਨੇ ਬੜੇ ਸੋਹਣੇ ਬੋਲ ਬੋਲੇ ਸਾਡੇ ਛੋਟੇ ਵੀਰ ਨੇ ਔਰ ਮੋਗੇ ਦੇ ਟੂਰਨਾਮੈਂਟ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਮਾਣ ਹੋਣਗੇ ਲਓ ਮੈਚ ਵੀ ਬੜਾ ਤਗੜਾ ਖੇਡਿਆ ਜਾ ਰਿਹਾ ਹੈ ਜਿਹੜੀ ਟੀਮ ਆ ਗਈ ਹੈ ਵੀਰੇਂਦਰ ਸਟੇਜ ਵਾਲੇ ਪਾਸੇ ਹੈ ਰਾਏਸਰ ਪਿੰਡ ਆ ਜਿਹੜੇ ਮੁੰਡੇ ਸਟੇਜ ਵਾਲੇ ਪਾਸੇ ਆ ਗਏ ਨੇ ਔਰ ਜਿਹੜੀ ਟੀਮ ਆ ਗਈ ਇੱਧਰ ਪਾਣੀ ਵਾਲੀ ਟੈਂਕੀ ਵਾਲੇ ਪਾਸੇ ਆ ਇਹ ਕਹਿੰਦੇ ਰਾਜਕੋਟ ਨਗਰ ਦੇ ਖਿਡਾਰੀ ਨੇ ਬੜਾ ਇਤਿਹਾਸ ਬੋਲਦਾ ਹੈ ਗੁਰਦੁਆਰਾ ਟਾਹਲੀਆਣਾ ਸਾਹਿਬ ਪੂਰੀ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹੈ ਟੈਸਟ ਖਿਡਾਰੀਆਂ ਦੇ ਲਈ ਹੈ ਐਲਈਡੀਆਂ ਦਿੱਤੀਆਂ ਜਾਣੀਆਂ ਹੈ ਟੈਸਟ ਸ਼ੂਟਰ ਦੇ ਬੈਸਟ ਨੈਟਮੈਨ ਦੇ ਲਈ ਹੈ ਐਲਈਡੀਆਂ ਦੇ ਕਹਿੰਦੇ ਕਰੀ ਚਲੋ ਸ਼ੇਅਰ ਕਰੀ ਚਲੋ ਸਾਰੇ ਭਰਾ ਕੇ ਭਾਈ ਵੇਚ ਕੇ ਆਇਆ ਨਹੀਂ ਹੈ ਉਹ ਤੇਰਾ ਕਰੋ ਗੁਲਾਬਾਂ ਲਾਇਆ ਨਹੀਂ ਹੈ ਜਿੱਥੇ ਰਾਂਝੇ ਗੱਲਾਂ ਕਰਦੇ ਨੇ ਤੇ ਹੀਰਾਂ ਬੋਲਦੀਆਂ ਮੈਨੂੰ ਟੈਲੀਵਿਜ਼ਨ ਲੈ ਦੇ ਦੇ ਆ ਤਸਵੀਰਾਂ ਬੋਲਦੀਆਂ ਆਓ ਮੈਨੂੰ ਟੈਲੀਵਿਜ਼ਨ ਬਹੁਤ ਤਕੜਾ ਫਾਈਨਲ ਲੱਗਣਾ ਵੀਰੇ ਬਹੁਤ ਤਕੜਾ ਜੀ ਅੱਜ ਕਹਿੰਦੇ ਐਲਈਡੀਆਂ ਦੇ ਫੈਸਲੇ ਆ ਇੱਧਰ ਸੈਂਟਰ ਚ ਪਈਆਲ ਪਿੰਡ ਆ ਕਹਿੰਦੇ ਮੁੰਡੇ ਨਾਲ ਸੰਦੌੜ ਦੇ ਲਾਗੇ ਕਰ ਗਏ ਆ ਜਿਹੜਾ ਸੈਂਟਰ ਚ ਖੇਡਦਾ ਰਾਏਸਰ ਦੀ ਟੀਮ ਦੇ ਲਈ ਆ ਤੇ ਨਾਲ ਖੱਬੇ ਪਾਸੇ ਆ ਰਾਏਸਰ ਦਾ ਜੱਸਾ ਬੜਾ ਖੌਫ ਹੈ ਮੁੰਡੇ ਦੀ ਖੇਡ ਦਾ ਸੱਜੇ ਪਾਸੇ ਜੱਸੀ ਆ ਨਾਲ ਗੜਿਆ ਸਾਹਿਬ ਇੱਧਰ ਮੁੰਡਾ ਖੱਬੇ ਪਾਸੇ ਗੋਪੀਆ ਔਰ ਜਿਹੜਾ ਮੁੰਡਾ ਪਰਲੇ ਪਾਸੇ ਖੇਡ ਰਿਹਾ ਹਰਿਆਣੇ ਚੋਂ ਆਇਆ ਹੈ ਇਹ ਕਹਿੰਦੇ ਮੁੰਡੇ ਦਾ ਜੋਧਪੁਰੀਆ ਪਿੰਡ ਹੈ ਜਿਹੜੇ ਸਰਸੇ ਦੇ ਵਿੱਚ ਨੈਟ ਤੇ ਅਰਸ਼ ਮੋਟਾ ਖਾਲਸਾ ਜੀ ਆਏ ਹੋਏ ਨੇ ਹੈਪੀ ਬਾਈ ਜੀ ਤੇ ਨਾਲ ਬਾਈ ਗੁਰਤੇਜ ਖੇਡਦਾ ਹੈ ਇੱਕ ਟੌਪ ਦੀ ਟੀਮ ਬਣੀ ਹੋਈ ਹੈ ਲਓ ਕੌਣ ਜਿੱਤੂਗਾ ਜਦੋਂ ਉਸ ਵੱਡੇ ਕੱਪ ਨੂੰ ਫੈਸਲੇ ਹੋਣਗੇ ਪਰ ਟਾਈਮ ਲੱਗੂਗਾ ਹਾਲੇ ਆਓ ਕਹਿੰਦੇ ਖੜਕਾ ਬੜਕਾ ਹੋ ਰਿਹਾ ਹੈ ਅੱਜ ਰਣੀਆਂ ਦੀ ਧਰਤੀ ਤੇ ਵੱਡੀਆਂ ਟੀਮਾਂ ਦੀ ਕਹਿੰਦੇ ਟੱਕਰ ਹੈ ਗਰਾਊਂਡ ਨੰਬਰ ਦੋ ਚ ਪਟਾਕੇ ਪਈ ਆਉਂਦੇ ਨੇ ਲਓ ਦੇਖਾਂਗੇ ਨੰਬਰ ਸ਼ੇਅਰ ਕਰ ਦੋ ਬਾਈ ਹਾਲੇ ਤੇ ਸ਼ੁਰੂਆਤ ਹੋਈ ਹੈ ਹਾਲੇ ਤੇ ਸ਼ੁਰੂਆਤ ਹੈ ਦੇਖਾਂਗੇ ਕਿਹੜੇ ਗੱਭਰੂ ਬੈਸਟ ਬਣ ਗਿਆ ਜਿਹਦੇ ਉਸ ਖੇਡੂਰਾਂ ਮਿਲਦੇ ਇੱਧਰ ਰਾਏ ਸਰਵਾਲਾ ਜੱਸਾ ਕਰ ਗਿਆ ਗਲਤੀ ਔਰ ਰਾਏ ਕੋਟ ਦੇ ਟੀਮ ਦੇ ਖਾਤੇ ਵਿੱਚ ਮੈਨੂੰ ਲੱਗਦਾ ਵੀ ਪੁਆਇੰਟ ਦਾ ਵਾਧਾ ਹੋ ਗਿਆ ਮੈਂ ਵੀ ਦੱਸੀ ਗੱਲ ਚੇਂਜ ਹੀ ਹੋਈ ਆ ਹਲੇ ਚੇਂਜ ਹੀ ਆ ਚੇਂਜ ਪਹਿਲੀ ਹਰ ਰਹਿ ਸਰਦੀ ਸੀ 0-0 ਚੇਂਜ ਆ ਜੀ ਲੱਭ ਵਾਲੀ ਆ ਬਿਲਕੁਲ ਲੱਭ ਵਾਲਾ ਜੀ ਹਾਂਜੀ ਹਾਂ ਹਾਲੇ ਸ਼ੁਰੂਆਤ ਹੋਈ ਹੈ ਪਹਿਲਾ ਨੰਬਰ ਦੇਖਾਂਗੇ ਕਿਹੜੀ ਟੀਮ ਦੇ ਖਾਤੇ ਵਿੱਚ ਪਹਿਲਾਂ ਜੁੜ ਜਾਣਾ ਹੈ ਕਿਉਂਕਿ ਰਣ ਜਿੱਤਣ ਨੂੰ ਸੂਰਮਾ ਹਰ ਤਮਰ ਹੈ ਤਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਔਰ ਜਿਹੜਾ ਪਹਿਲਾਂ ਕਰਦੇ ਵਾਰ ਉਹਦੀ ਜਿੱਤ ਹਮੇਸ਼ਾ ਦੋਸਤੋ ਬਈ ਜਿਹੜਾ ਪਹਿਲਾਂ ਕਰਦੇ ਵਾਰ ਕਿਹੜੇ ਖਿਡਾਰੀਆਂ ਨੇ ਪਹਿਲੇ ਨੰਬਰ ਜੋੜ ਦੇਣੇ ਆ ਔਰ ਮੋਟਿਆ ਤਗੜਾ ਰਹੀ ਹੈ ਤੇਰੇ ਤੇ ਗੱਲਬਾਤ ਆ ਬੈਸਟ ਖਿਡਾਰੀਆਂ ਨੂੰ ਐਲਈਡੀਆਂ ਦਿੱਤੀਆਂ ਜਾਣਗੀਆਂ ਉਧਰ ਰਾਏ ਸਰ ਦਾ ਜੱਸਾ ਪਰ ਤਿੰਦ ਗਲਤੀ ਕਰ ਗਿਆ ਤੇ ਪਹਿਲਾ ਨੰਬਰ ਟੀਮ ਦੇ ਖਾਤੇ ਵਿੱਚ ਜਾ ਜੁੜ ਗਿਆ ਜ਼ਿਲ੍ਹੇ ਲੁਧਿਆਣੇ ਤੇ ਜ਼ਿਲ੍ਹੇ ਬਰਨਾਲੇ ਦੀਆਂ ਟੀਮਾਂ ਦਾ ਮੈਚ ਵਿੱਚ ਉਹ ਸਵਾਲ ਵੱਖਰਾ ਮੋਟਾ ਵੀ ਅੱਜ ਤੇ ਉੱਡਿਆ ਫਿਰਦਾ ਗਰਾਊਂਡ ਚ ਪਤਾ ਵੀ ਐਲਈਡੀਆਂ ਦਿੱਤੀਆਂ ਜਾਣੀਆਂ ਮੋਟਾ ਵੀ ਅੱਜ ਤੇ ਉੱਡਿਆ ਫਿਰਦਾ ਉਹ ਸਵਾਲ ਵੱਖਰਾ ਨੰਬਰ ਦੂਜਾ ਵੀ ਜੁੜ ਗਿਆ ਦੋ ਜੀਰੋ ਦੋ ਨੰਬਰ ਰਾਏਕੋਟ ਹਾਲੇ ਖਾਤਾ ਨਹੀਂ ਖੁੱਲਿਆ ਰਾਏ ਸਰ ਦੀ ਟੀਮ ਦਾ ਪਰ ਬੜਾ ਤਗੜਾ ਬੈਟ ਖੇਡਣਾ ਜਾਣਾ ਹੈ ਫਿਰ ਦੇ ਮੈਦਾਨ ਦੇ ਵਿੱਚ ਦੇਖਾਂਗੇ ਹੁਣ ਨੰਬਰ ਕੌਣ ਜੋੜੂਗਾ ਆਪਣੀ ਟੀਮ ਦੇ ਲਈ ਦੋਨੋਂ ਟੀਮਾਂ ਦੇ ਕਹਿੰਦੇ ਦੁਨੀਆਂ ਦੇ ਵੱਡੇ ਖਿਡਾਰੀ ਖੇਡ ਰਹੇ ਨੇ ਖੇਡ ਦੇ ਮੈਦਾਨ ਦੇ ਵਿੱਚ ਵੀ ਕਦੇ ਨਾ ਗਰਾਊਂਡ ਚ ਵੱਜਣ ਥਾਪੀਆਂ ਨੇਤਿਆਂ ਚ ਸਿੱਟਣੇ ਜੇ ਚੌਲ ਤੇ ਕੜੀ ਰੇਟ ਪੁੱਛਣਾ ਔਰ ਜਿੰਨੇ ਬਈ ਸਰਾਬੇ ਦੀ ਕਿਤਾਬ ਨੀ ਪੜੀ ਆ ਤੇ ਢਿਲੋਡਾਂ ਦੇ ਪੈਰ ਛੱਡਦੇ ਆ ਨਿਸ਼ਾਨ ਜਿੱਤਦੇ ਔਰ ਨਰੂਏ ਦੇ ਚੇਲੇ ਅਫਗਾਨ ਜਿੱਤਦੇ ਤੇ ਡਰੂਆਂ ਦੇ ਨਾਲ ਲਾਹੌਰ ਨੀ ਹੁੰਦੇ ਲਿਬਟਾਂ ਦੇ ਝੱਕੀਆਂ ਨਾ ਜਾਣੇ ਜਿੱਤਾ ਅਕਲਾਂ ਨੂੰ ਪੈਂਦੇ ਕਦੇ ਚੋਰ ਨੀ ਹੁੰਦੇ ਆਓ ਲਿਮਟਾਂ ਤੇ ਚੱਕੀਆਂ ਨਾ ਜਾਣੇ ਜਿੱਤਾ ਬਈ ਅਕਲਾਂ ਨੂੰ ਪੈਂਦੇ ਕਦੇ ਚੋਰ ਨੀ ਹੁੰਦੇ ਦੋ ਤੇ ਜੀਰੋ ਤੀਜਾ ਨੰਬਰ ਕੌਣ ਜੋੜਦਾ ਆਪਣੀ ਟੀਮ ਦੇ ਲਈ ਲੈ ਵੀ ਜੋਧਪੁਰੀਆ ਆ ਤੇਰੇ ਤੇ ਗੱਲਬਾਤ ਆ ਸਾਰੀ ਤੈਨੂੰ ਬਾਹਰੋਂ ਸੱਦਿਆ ਤੇ ਸੱਦਿਆ ਕਿਹੜੀ ਗੱਲੋਂ ਆ ਇਹ ਲੋਕਾਂ ਨੂੰ ਦੱਸਣਾ ਪੈਣਾ ਹੈ ਇਹ ਲੋਕਾਂ ਨੂੰ ਦੱਸਣਾ ਪੈਣਾ ਹੈ ਫੈਸਲੇ ਜਿਹੜੇ ਵੱਡੇ ਹੋਣਗੇ ਖੇਡਦੇ ਮੈਦਾਨ ਦੇ ਵਿੱਚ ਟੌਪ ਦਾ ਮੈਚ ਹੈ ਆ ਕਹਿੰਦੇ ਕੱਲੀ ਕੱਲੀ ਅੱਖ ਖਰੀ ਹੈ
ਪਰ ਰਾਜ ਸਰਵਾਲਾ ਆਉ ਜੱਸਾ ਨੰਬਰ ਜੋੜ ਕੇ ਆਪਣੀ ਟੀਮ ਦੇ ਲਈ ਹੈ ਵੀ ਤੂੰ ਕਾਂ ਨੂੰ ਵੀ ਜਾਣਦੀ ਹੈ ਤੂੰ ਇਲ ਨੂੰ ਵੀ ਜਾਣਦੀ ਹੈ ਤੇ ਡੀਏ ਪੰਜਾਜ ਨੇ ਤੂੰ ਗਿੱਲ ਨੂੰ ਵੀ ਜਾਣਦੀ ਹੈ ਆਉ ਵੱਡੀਏ ਪੰਜਾਜ ਨੇ ਤੂੰ ਗਿੱਲ ਨੂੰ ਵੀ ਜਾਣਦੀ ਹੈ ਆ ਗਿੱਲ ਦਾ ਕਮਾਂਡ ਹੈ ਜੀਰੋ ਤੇ ਦੋ ਸੁਪਰ ਫਾਈਨਲ ਮੈਚ ਆ ਜੀ ਸ਼ੇਅਰ ਕਰੀ ਜਲਾ ਸਾਰੇ ਭਰਾ ਜਰੂਰ ਵੀਰੇ ਔਰ ਨਾਲ ਹੀ ਇੱਧਰ ਬਾਈ ਹਰਪ੍ਰੀਤ ਸੰਧੂ ਜੀ ਵੱਲੋਂ ਜਿਹੜੇ ਵੀ ਖਿਡਾਰੀ ਨੇ ਬਾਲ ਮਾਰ ਕੇ ਪੁਆਇੰਟ ਲਿਆ ਉਹਦੇ ਲਈ ਇੱਕ ਸੌ ਦਾ ਵੱਡਾ ਮਾਣ ਹੋਵੇਗਾ ਹਰਪ੍ਰੀਤ ਸੰਧੂ ਜੀ ਸਾਡੇ ਬਾਈ ਕਹਿੰਦੇ ਨੇ ਇੱਕ ਸੌ ਦੇਵਾਂਗੇ ਆਪਾਂ ਜਿਹੜਾ ਮਰਜ਼ੀ ਖਿਡਾਰੀ ਬਾਲ ਮਾਰ ਕੇ ਨੰਬਰ ਜੋੜ ਦੇਵੇ ਤੇ ਵੱਡੇ ਮਾਣ ਤੇ ਵੱਡੇ ਪਿਆਰ ਦਿੱਤੇ ਜਾਣਗੇ ਪਰ ਸਾਹਮਣੇ ਦੇਖਾਂਗੇ ਟੱਪਾ ਹੁਣ ਪਾਉਂਦਾ ਕੌਣਾ ਹੈ ਉਧਰ ਰਾਜਸਰ ਦਾ ਜੱਸਾ ਦੇ ਨਾਲ ਪਈਆ ਦਾ ਡੋਟੀਆ ਇੱਧਰ ਆ ਮੁੰਡਾ ਜਿੰਦਰ ਦਾ ਰਾਏਕੋਟ ਵਾਲਾ ਆਓ ਸਾਹਮਣੇ ਕਮਾਲ ਕਰ ਗਿਆ ਮੁੰਡਾ ਵਾਹ ਜਿੰਦਰਾ ਇੱਕ ਤਗੜੀ ਜਿਹੜੀ ਬਾਲ ਮੁੰਡੇ ਨੇ ਲਾ ਦਿੱਤੀ ਹੈ ਬਈਆ ਦੇ ਚੌਂਟੀ ਦੇ ਹੈ ਮੈਂ ਵੀ ਚੌਂਟੀ ਤਗੜਾ ਹੋ ਜਾ ਆ ਜੇ ਬਰਾਬਰ ਦੀ ਭਾਜੀ ਮੋੜੇ ਤੇ ਲੋਕਾਂ ਨੂੰ ਫੇਰ ਪਤਾ ਲੱਗਣਾ ਵੀ ਵੱਡੀ ਖੇਡ ਦਾ ਮਾਲਕ ਆ ਮੁੰਡਾ ਵੀ ਦੁਸ਼ਮਣ ਦਾ ਪੰਗਾ ਲਈਏ ਤੇ ਮੁੜ ਕੇ ਨਾ ਢਿੱਲੇ ਪਈਏ ਨੱਕ ਵਿੱਚ ਦਮ ਕਰਕੇ ਰਹੀਏ ਐਵੇਂ ਕੋਈ ਮਿਆਉਂਦਾ ਨਹੀਂ ਇੱਕ ਵਾਰੀ ਲੱਗਿਆ ਵੇਲਾ ਆਉ ਮੁੜ ਕੇ ਹੱਥ ਆਉਂਦਾ ਨਹੀਂ ਇੱਕ ਵਾਰੀ ਲੰਘਿਆ ਵੇਲਾ ਆਉ ਮੁੜ ਕੇ ਹੱਥ ਨਹੀਂ ਆਉਂਦਾ ਸਿਆਣਿਆਂ ਦੇ ਤੱਤ ਕਹਿੰਦੇ ਹੋਏ ਆ ਪਹਿਲਾ ਨੰਬਰ ਆਉ ਮੁੰਡੇ ਭਾਲਦੇ ਫਿਰਦੇ ਆ ਪਰ ਜੁੜਨਾ ਕਿਸੇ ਗੱਲ ਨਾਲ ਯਾਰ ਪਹਿਲਾ ਨੰਬਰ ਭਾਲ ਦੇ ਵਿੱਚ ਆ ਮੁੰਡੇ ਪਰ ਬਾਲ ਆਉ ਜੋ ਸਾਡੇ ਦਰਮਿਆਨ ਪਹੁੰਚੇ ਆ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜੀ ਬਾਈ ਜੀ ਦਾ ਸਾਨੂੰ ਬਹੁਤ ਹੀ ਮਾਣ ਸਨਮਾਨ ਰਹਿੰਦਾ ਹੈ ਨਗਦ ਰਾਸ਼ੀ ਨਾਲ ਬਹੁਤ ਸਾਡਾ ਮਾਣ ਸਨਮਾਨ ਕੀਤਾ ਗਿਆ ਟੂਰਨਾਮੈਂਟ ਕਮੇਟੀ ਦਾ ਪ੍ਰਬੰਧਕ ਕਮੇਟੀ ਦਾ ਯੂਐਸਏ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਪਹੁੰਚਣ ਤੇ ਬਹੁਤ ਵੱਡਾ ਧੰਨਵਾਦ ਆ ਪ੍ਰਭ ਸ਼ਰਨ ਸਾਡੇ ਵੀਰ ਜੀ ਯੂਐਸਏ ਵਾਲੇ ਅੱਜ ਦੇ ਉਸੇ ਟੂਰਨਾਮੈਂਟ ਦੇ ਵਿੱਚ ਸਾਨੂੰ ਬਹੁਤ ਵੱਡੀ ਸਪੋਰਟ ਆ ਬਹੁਤ ਵੱਡੇ ਜਿਹੜੇ ਸਹਿਯੋਗ ਆ ਸਾਨੂੰ ਅੱਜ ਦੇ ਉਸੇ ਟੂਰਨਾਮੈਂਟ ਦੇ ਲਈ ਆ ਪ੍ਰਭ ਸ਼ਰਨ ਬਾਈ ਯੂਐਸਏ ਵਾਲੇ ਉਹਨਾਂ ਨੇ ਸਾਨੂੰ ਬੜਾ ਵੱਡਾ ਸਹਿਯੋਗ ਭੇਜਿਆ ਅੱਜ ਦੇ ਉਸੇ ਟੂਰਨਾਮੈਂਟ ਦੇ ਲਈ ਆ ਉਹਨਾਂ ਦਾ ਵੀ ਇੱਥੇ ਪਹੁੰਚਣ ਦੇ ਨਿੱਘਾ ਸਵਾਗਤ ਆ ਵੱਡੀਆਂ ਸ਼ਖਸੀਅਤਾਂ ਦੀ ਵੱਡੀ ਵੱਡੀ ਹਾਜ਼ਰੀ ਆ ਲੈ ਵੀ ਗਿੱਲ ਕਿੰਨੇ ਕਿੰਨੇ ਪੁਆਇੰਟ ਨੇ ਕੌਣ ਜੀ ਹਾਂਜੀ ਹਾਂਜੀ ਠੀਕ ਆ ਵੀਰੇ ਠੀਕ ਆ ਜੀ ਸਕੋਰ ਕੀ ਆ ਵੀਰੇ ਸਕੋਰ ਦੱਸੋ ਨਾਗਦ ਰਾਸ਼ੀ ਦੇ ਨਾਲ ਮਾਨ ਸਨਮਾਨ ਕੀਤੇ ਆ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਹਾਂਜੀ ਜਸਪ੍ਰੀਤ ਸਿੱਧੂ ਕਹਿੰਦੇ ਸਕੋਰ ਦੱਸੀ ਬਾਈ ਨਿਆਲ ਨੇ 2-2 ਇੰਚ ਵੀਰੇ 2 ਇੰਚ ਸਕੋਰ ਆ ਬਾਈ ਬਰਾਬਰ ਫੇਰ ਚੇਂਜ ਆ ਵੀਰੇ ਲਾਦੀ 2-2 ਨੰਬਰ ਨੇ ਦੋਨੋਂ ਟੀਮਾਂ ਦੇ 2 ਨੰਬਰ ਯਾਰ ਰਾਜਸਥਾਨ ਦੀ ਟੀਮ ਦੇ ਜਿਹੜੀ ਟੀਮ ਖੇਡ ਰਹੀ ਸਟੇਜ ਵਾਲੇ ਪਾਸੇ
और इधर टेंगी वाले पास रायकोट की टीम दो पॉइंट इन्हों दे बिल्कुल बराबरी के मैच खेडा जा रहा दोनों टीमों के दरमियान भी अज टक्करे ने हाणिया हाण मित्रो आओ भांजरिया इको जिके बाण मित्रो ते राजा खेला लिखे गल लख लख दी आओ धुम पैगी रणिये दे वड्डे कप दी है अज कहिंदे रणिये का वड्डा कप जिहड़ा भरजो बणदिया है फाइनल मैच खेडा जा रहा है जिहड़ा खिलाड़ी बेस्ट बनिया जिहड़े इस खेल टूरनामेंट का आखा भी कदों कोई तगड़ा टप्पा पाउणा खेड़ दे मैदान च इधर गोपी दे गुट्टां दे विच वी कहिंदे गलबात हुंदी आ खिडारियां च भी बड़ी स्पीड हुंदी आ मुंडे दीआं बालां च सेंटर च जिंदर आ टॉप का नंबर जोड़ दिता मुंडे ने अपनी टीम के लिए तीन ते दो का मुकाबला खेडा जा रहा है भी तीन वह भी भुलिए ना जदों सैकल सी थले ते होया की जे बाबे ने कराती बल्ले बल्ले रजे हुई आप ते भुखा लगे हर कोई इन असमानी हथ आने मार दिंदिया भाई पैर ते असूल कदे छड़ने नहीं चाहिए पर भरावां ने रूल असूलों के आधार से जिहड़ा वड्डा कप करवाया है लाओ सामने दो ते तीन का मुकाबला खेडा जा रहा है ग्राउंड नंबर कहते दो पटाके पैंदे है आओ दुनिया तकदी है नजारा कहते वखरा बनिया पिया है बहुत वधिया मैच खेडा जा रहा एक एक करके नंबर अगे वाल वधदा जांदा है तीन पॉइंट हुण रायकोट की टीम दे ने है और तीन नंबर ही जिहड़े रायसर की टीम दे है आओ सामने जोधपुरिया सारे नगर वड्डियां जिहड़ियां मुबारकां ने इधर साडे धालीवाल साहब यूएसए वाले है वह भी चेचे तौर पर पुज गए हैं पर सामने हुण देखांगे नंबर किहड़ा जोड़दा अपनी टीम के लिए मुंडा गोपी ते जां जिंदर चार रायसर दा जस्सा आम मुंडा जदों बाल कोई लाउंदा ते लोकां च कहिंदे वखरा जां जोश हुंदा है जदों नाद कहिंदे मुंडे दा नराला है जदों वखरी खेड है लाओ चार ते तीन दा मुकाबला खेडा जा रहा खेड दे मैदान च चार ते तीन दी टक्कर है जनवरी ਦੇ ਲਾਟ ਚ ਉਦੋਂ ਆਪਣੇ ਕੋਲ ਟੂਰਨਾਮੈਂਟ ਇੱਧਰ ਹੋਣਾ ਹੁੰਦਾ ਨਾ ਮੇਰੇ ਕੋਲੇ ਵੀ ਨਹੀਂ ਟੂਰਨਾਮੈਂਟ ਦਾ ਮੈਂ ਤਾਂ ਬਹੁਤ ਜੇ ਵਿਹਲੇ ਹੋਏ ਜਾ ਆਵਾਂਗੇ ਮੈਂ ਸੈਣੀ ਨੂੰ ਕਹਿ ਕੇ ਟਾਵਾਂ ਹੈ ਨਹੀਂ ਚੱਲਾਂਗੇ ਲਾਵਾਂਗੇ ਸਵਾਲ ਇਹ ਆ ਜੱਸਾ ਤਕੜਾ ਬੈਂਡ ਜੋੜ ਗਿਆ ਰਹਿ ਫਿਰ ਵਾਲਾ ਬਈ ਵਾਹ ਤੇਰੇ ਕਮਾਲ ਕਰ ਦਿੱਤੀ ਹੈ ਰਾਇਸਰ ਵਾਲਾ ਜੱਸਾ ਐਵੇਂ ਨਹੀਂ ਦੁਨੀਆ ਟੋਪ ਕਹਿੰਦੀ ਬੜਾ ਤਕੜਾ ਨੰਬਰ ਜੋੜ ਦਿੱਤਾ 3-4 ਆ ਜੀ 3-4 ਹਰਸ਼ ਜੀ 3 ਨੰਬਰ ਨੇ ਰਾਇਸਰ ਦੇ चार नंबर रायकोट की टीम दे बराबरी के मैच खेडा जा रहा है नवाब भी आया कहते मैं खोलता वह चार बराबर हो गए भाई नवाब दोनों मैच कितनी लीड दो रहे अज ना दो एक एक दो दो नंबर दे हर गए लीड हो गई दोनों मैच नहीं हाथों तो लीड हुई नहीं इन दी साडी लीड हुई है थोड़ी लीड है और 13 4 5 नंबर ही साडी लीड हुई है है नहीं वो थोड़े ना 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 वो मैच 13 3 4 चढ़ के ते ऊपर फिर ਅਸੀਂ ਚੜ ਗਏ 4 5 ਰੈਕੋਰਡ ਤੇ ਰੈਸਰ ਦਾ ਮੈਚ ਆ ਵੀਰੇ ਸਤਨਾਮ ਸੰਧੂ ਰੈਸਰ ਦਾ ਮੈਚ ਹੀ ਚੱਲੀ ਜਾਂਦਾ ਜੀ ਹਿਮਾਂਸ਼ੂ ਝੋਰੜ ਜੀ ਕੈਮਰੇ ਸਾਹਮਣੇ ਰੈਸਰ ਜੀ ਨਾਲ ਜੌਂਟੀ ਬਈਵਾਲ ਬੈਸਟਾਂ ਦੇ ਲਈ ਐਲਡੀਆਂ ਹੋਣਗੀਆਂ ਜੀ ਜੋਧਪੁਰੀਆ ਬੈਸਟ ਨੈਟ ਤੇ ਸ਼ੂਟਰ ਲਈ ਐਲਡੀਆਂ ਪਲੇਅਰ ਉਹਦੇ ਟੂਰਨਾਮੈਂਟ ਲਈ ਕੱਪ ਆ ਵੀਰੇ
मेरे हिसाब ना चार बराबर स्कोर है भाई। चार चार ओके ओके सुखविंदर वीरे हेलो बहुत वधिया मैच खेडा जा रहा उधर नाल ही सतगुरु साडा वीर वो भी लाइव तक देना मैचों नु फौजी गलते वाली है आओ बल्ले बल्ले आओ मुंडिया ला भी ताली जोरदार मार दे यार मुंडे रोई है बाल मार वाले मुंडे ने भी कमाल करती है और जेडे मुंडे ने बाल मोड़ी है इक ताली यार हुण जोर नाल ए मुंडे दे लई मार दो सब पता भुले नहीं मिर्जे दे चंद नूं किला नंदगढ़ दा बुरज ठंडा भुल बैठे गढ़ी चमकौर भुले कंध सरहद नूं असली नूं छड हीरो मन दे नकलियां नूं कौड़ी भी ना मुल पैंदा विकियां जमीरां दा पिंड दा सरहाणा माछी वाले दे जंगल विच भुल्ले इतिहास कातों इहो जे फकीरां दा सूरमंत पसवी दे दानी भी सी बड़ा वड्डा निम्रता बड़ी सी दे राजिआं दा राजा सी और जिन्ने सी हंकारी लाए नाल कृपा लगे गरीब सिखां ताईं दित्ता पातशाही दावा सी रगां विच मारदा ए सतगुर खून वाले पर इतिहास जोधे बली जरमाने दा देखी कितने दातिया ना रहा तो भटक जाइए पारला भी बेड़ा हथ फड़के दबाने दा और पारला भी बेड़ा हथ फड़के दबाने दा पर इधरले पासे इतिहास को जिथे देना है पता कोई नहीं किने जितना इंडिया दे किधर हो जानी है फुल फाइट मैच है भाई चार ते पांच दा मुकाबला है चार पांच स्कोर है जी मुंडे दा कदे अंदाज बड़ा वखरा आओ सामने गलती वड्डी कर गया है जसिया मुंडा गरेयाल परिवार दा एक मिनट दा फर्क है चार पांच फेर चाहिए बी कि मैच है इक्की तक सतारा सतूरा इधरों गरेयाल ने साड़ डाले ने छे चार गरेयाल गरेयाल ने नंबर जोड़िया पिछला काली टी शर्ट दे विच छे दे चार जोंटी दे खब्बे हाथ खेडी जा रहा जस्सा रेसरा हरियाणा तो नहीं सी आई कोई टीम वरे नहीं आई जी हां जी हां जी बिल्कुल फाइनल आवरे लवली पूनिया बिल्कुल जी शेयर कर दो सारे भरा के जरूर भाई सुपर फाइनल आ बई वेस्ट आंदर नु एलईडीयां जी 17000 ते 11000 दे फैले प्लेयर ऑफ द टूर्नामेंट नु कप चेंदर इक होर तगड़ा बंदा यार रैंक वाला कमाल दे पॉइंट मुंडे ने जोड़े अपनी टीम दे लई है 4 ते 6 है ना वीरे गुल 4 मार दा वीरे 4 से टाइम आउट फेर दी गया तरसेम प्रधान देखो यार ठंड भी बड़ी है पहले राउंड तो बह गए हैं आप भी माड़ा मोटा कि ना कि बह के माड़ी मोटी रेस्ट कर लेने हैं पर देखो 25-30 किलो ढोली का वजन भरा सदा और ये कपड़े भी जरूर गिले होंगे होंगे पानी के नाल नथू वाला गर्दी पिंडा ने आप भी वालीबाल तगड़ी खेली है कदे एक नंबर ग्राउंड चो राज भाई दी उधरले पासे ही चला जांदा और तीन नंबर ग्राउंड दे विच भी है भरा साडे ने कल्ले ने अज ड्यूटी संभी आ जल पानी दी है जिन्ने क जाने बैठे हो पहला एक बारी यार जोरदार ताड़ी मार दो वड्डी सेवा कीती है भरा साडे ने और मैं बेनती करदा भी यार जरूर वीर दा मान सम्मान भी कर दियो एक साधारण परिवार दे विचों आया भरा साडा
ਇਹਨਾਂ ਗਰਾਊਂਡਾਂ ਤੋਂ ਘਰ ਦਾ ਗੁਜ਼ਾਰਾ ਚੱਲਦਾ ਹੈ। ਜ਼ਰੂਰ ਮਾਣ ਸਨਮਾਨ ਕਰਦੇ ਸਾਡੇ ਵੱਡੇ ਭਰਾ ਦਾ, ਇੱਕ ਇਨਸਾਨ ਤੇ ਜ਼ਿੰਮੇਵਾਰੀਆਂ ਤਿੰਨ ਪਰਿਵਾਰਾਂ ਦੀਆਂ ਚੱਕੀ ਫਿਰਦਾ ਹੈ, ਵੱਡਾ ਹੌਸਲਾ ਵੱਡਾ ਜਿਗਰਾ ਹੈ, ਗੁਰੂ ਦਾ ਖਾਲਸਾ ਵਾਲੀਵਾਲ ਦੀ ਸੇਵਾ ਕਰ ਰਿਹਾ ਭਰਾ ਸਾਡਾ, ਵੱਡਾ ਮੈਂ ਧੰਨਵਾਦ ਕਰਦਾ ਹੈ। ਔਰ ਜੋੜੇ ਨੇ ਵੱਡੀ ਹਾਜ਼ਰੀ ਲਵਾਈ ਹੈ, ਇਹ ਵੀ ਜੋੜਿਆ ਬਹੁਤ ਬਹੁਤ ਧੰਨਵਾਦ ਆ, ਤੇਰਾ ਵੀ ਯਾਰਾ ਇਧਰਲੇ ਪਾਸੇ ਬੜਾ ਟੌਪ ਦਾ ਮੈਚ ਹੈ। 100 ਰੁਪਇਆ ਆ ਗਿਆ ਪਾਣੀ ਵਾਲੇ ਬਾਈ ਲਈ, ਅਨਾਸਰਾਂ ਨੇ ਨੰਬਰਦਾਰ ਵੱਲੋਂ, ਅਨਾਸਰਾਂ ਦਾ ਨੰਬਰਦਾਰ ਵੱਲੋਂ ਪਾਣੀ ਵਾਲੇ ਵੀਰ ਲਈ, ਪਾਣੀ ਵਾਲੇ ਬਾਈ ਦੇ ਲਈ ਇੱਕ 100 ਦਾ ਵੱਡਾ ਮਾਣ ਆਇਆ ਹੈ, ਬਹੁਤ ਬਹੁਤ ਧੰਨਵਾਦ ਹੈ। ਬਾਈ ਪ੍ਰਭ ਸ਼ਾਹ ਧਾਲੀਵਾਲ USA ਵੱਲੋਂ ਤੇ ਬਾਈ ਸਣੀ ਗੱਲ ਵੱਲੋਂ 500 ਦੇ ਵੱਡੇ ਮਾਣ ਆ ਪਾਣੀ ਵਾਲੇ ਸੇਵਾਦਾਰ ਲਈ। ਬਹੁਤ ਬਹੁਤ ਮੈਂ ਧੰਨਵਾਦ ਕਰਦਾ ਸਾਡੇ ਭਰਾਵਾਂ ਦਾ ਜਿਨ੍ਹਾਂ ਨੇ ਵੱਡੇ ਮਾਣ ਕੀਤੇ ਆ, ਕਿਉਂਕਿ ਯਾਰ ਇਹਨਾਂ ਦਾ ਵੀ ਜਰੂਰ ਮਾਣ ਸਨਮਾਨ ਬਣਦਾ ਹੈ। ਭਰਾ ਸਾਡੇ ਸਾਰੇ ਗਰਾਊਂਡਾਂ ਦੀ ਨੰਬਰਵਾਰੀ ਸਾਂਭੀ ਫਿਰਦੇ ਨੇ ਔਰ ਸਾਹਮਣੇ ਕਹਿੰਦੇ ਰਾਏਸਰ ਵਾਲਾ ਕਮਾਲ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਜੋਧਪੁਰੀਏ ਨੇ ਨੰਬਰ ਜੋੜ ਦਿੱਤਾ ਹੈ। ਮੁੰਡਾ ਕਹਿੰਦੇ ਹਰਿਆਣੇ ਵਾਲਾ ਆਇਆ ਹੋਇਆ, ਜੱਥੋ ਵਾਲੀ ਪ੍ਰਧਾਨ ਦੇ ਲਈ ਪੁੱਜਦੇ ਕੀਤੇ ਨੇ ਸਾਡੇ ਵੱਡਿਆਂ ਭਰਾਵਾਂ ਨੇ, ਸਾਡੇ ਧਾਲੀਵਾਲ ਸਾਹਿਬ USA ਵਾਲੇ ਨਾਲ ਸਾਡਾ ਵੀਰ ਸਨੀ ਹੈ। ਉਹ ਗੱਲਾਂ ਕਹਿੰਦੇ ਘੋੜੀਆਂ ਦਾ ਕਹਿੰਦੇ ਬਾਦਸ਼ਾਹ ਕਹਿੰਦੀ ਹੈ ਦੁਨੀਆ, ਜੋਧਪੁਰੀਏ ਨੇ ਕਹਿੰਦੇ ਟਰਾਈ ਤੇ ਕੀਤੀ ਹੈ ਵੀ ਦਿਲਾਂ ਖੇਡ ਇਸ਼ਕ ਦੀ ਬਾਣੀ ਆ, ਕਦੇ ਹਰ ਕੇ ਬਹਿਦੀ ਨਾ, ਖਿਡਾਰੀ ਜਿੱਤ ਵੀ ਜਾਂਦੇ ਨੇ, ਖਿਡਾਰੀ ਹਰ ਵੀ ਜਾਂਦੇ ਨੇ। ਬਬਲੀ ਰਾਣੂ ਮੰਡਿਆਲੇ ਵੱਲੋਂ 100 ਰੁਪਇਆ, ਬਬਲੀ ਰਾਣੂ ਮੰਡਿਆਲਾ ਵੀਰ ਵੱਲੋਂ 100 ਦੇ ਨਾਲ ਬੱਬੀ ਮਾਨ, ਬਬਲੀ ਰਾਣੂ ਮੰਡਿਆਲੇ ਵੱਲੋਂ ਜੀ 6-5 100 ਰੁਪਇਆ ਬਬਲੀ ਰਾਣੂ ਦਾ, ਇਹ ਭਰਾਵਾਂ ਦੇ ਆਪਾਂ ਕਰਤਾ ਜੀ ਪਿੰਡ ਚਾਂਦੀ ਦੀ ਚੈਨ ਸਨਮਾਨ। ਅਨਿਲ ਨੀ ਹੈਗਾ, ਅਨਿਲ ਨੀ ਹੈਗਾ ਵੀਰੇ, ਕੋਚ ਆ ਜੋਧਪੁਰੀਆ ਜੀ 200 ਦਾ ਵੱਡਾ ਪਾਣ ਆਇਆ ਸਾਡੇ ਪ੍ਰਧਾਨ ਦੇ ਲਈ ਆ, ਪਾਣੀ ਵਾਲੇ ਕੋਚ ਆ ਜੋਧਪੁਰੀਆ, ਕੋਚ ਅਨਿਲ ਨੀ ਹੈਗਾ ਸ਼ਰਮਾ ਬਈ, ਪੰਡਤ ਵੀ ਭਰਾ ਸਾਡਾ ਹਮੇਸ਼ਾ ਉਹਨਾਂ ਦਾ ਮਾਣ ਕਰਦਾ ਜਿਨ੍ਹਾਂ ਦੇ ਮਾਣ ਬਣਦੇ ਆ, ਕਰਨੀ ਨੇ ਵੀ ਉਹਨਾਂ ਦੇ ਰਾਓ ਪੁੱਛੋ ਵੀਰੇ ਕੀ ਪੁੱਛਣਾ ਜੀ, ਕਮੈਂਟ ਲਾ ਕੇ ਆਉਣਗੇ ਰਾਓ ਸਾਹਿਬ ਜੀ। ਵੱਡਾ ਮਾਣ ਭੇਜਿਆ 200 ਦਾ ਸਾਡੇ ਨੱਥੋ ਵਾਲੀ ਤਰਸੇਮ ਪ੍ਰਧਾਨ ਦੇ ਲਈ, ਪਰ ਮੈਚ ਦੇ ਨਾਲ ਜੁੜੀਏ ਮੈਚ ਵੀ ਬੜਾ ਰੋਮਾਂਚਕ ਬਣਿਆ ਪਿਆ, ਮੈਚ ਵੀ ਬੜਾ ਤਗੜਾ, 6 ਨੰਬਰ ਆ ਜਿਹੜੇ ਰਾਏਕੋਟ ਦੀ ਟੀਮ ਦੇ ਗੋਪੀ ਕਹਿੰਦੀ ਆ ਮੁੰਡੇ ਨੂੰ ਦੁਨੀਆ, ਗੋਪੀ ਪਰ ਸਰੀਰ ਆ ਵੱਡਾ ਹੌਸਲਾ ਹੈ। ਹਾਂਜੀ ਹਾਂਜੀ ਫਾਈਨਲ ਮੈਚ ਆ ਜੀ ਸਰ, ਇੱਕ ਬੁੱਧ ਸਿੰਘ ਬਾਜਵਾ ਲਾਈ ਬਾਰ ਐਕ ਉਹਦਾ ਮੈਚ ਬੋਲਦੀ ਸ਼ਹਿਰੇ ਵਾਲਾ, ਠੀਕ ਹੈ ਜੀ। ਜੇ ਕੋਚ ਜੋਧਪੁਰੀ ਅੱਜ ਬੈਸਟ ਰਹਿੰਦਾ ਐਲਡੀ ਜਿੱਤਦਾ ਤਾਂ ਅਰਸ਼ ਸ਼ਰਮਾ ਘਨੌਰ ਉਹਨਾਂ ਵੱਲੋਂ 16 ਫਰਵਰੀ ਨੂੰ ਜਿਹੜਾ ਘਨੌਰ ਟੂਰਨਾਮੈਂਟ ਨਾ ਉਹਦੇ ਚਾਂਦੀ ਦੀ ਚੈਨ ਦਿੱਤੀ ਜਾਊਗੀ, ਇੱਥੇ ਰੱਖ ਵੱਡੇ ਮਾਣ ਹੋਣਗੇ ਭਰਾ ਸਾਡਾ ਅਰਸ਼ ਸ਼ਰਮਾ ਕਹਿੰਦਾ ਘਨੌਰ ਵਾਲਾ ਬਹੁਤ ਸੋਹਣਾ ਵੀਰੇ, ਬਹੁਤ ਸੋਹਣਾ ਡ੍ਰੌਪ ਲੱਗਿਆ, ਜਿਹੜਾ ਮੁੰਡਾ ਜੋਧਪੁਰੀ ਆ ਕੋਚ ਖੇਡਦਾ ਪਰਲੇ ਪਾਸੇ ਸੱਜੇ ਪਾਸੇ ਦੀ, ਜੇ ਅੱਜ ਇਹ ਮੁੰਡਾ ਬੈਸਟ ਰਹਿੰਦਾ ਤੇ ਘਨੌਰ ਵਾਲੇ ਵੀਰ ਕਹਿੰਦੇ ਆਪਣੇ ਪਿੰਡ ਦੇ ਟੂਰਨਾਮੈਂਟ ਦੇ ਆ, ਅਰਸ਼ ਸ਼ਰਮਾ ਘਨੌਰ ਕਹਿੰਦਾ ਵੀ ਚਾਂਦੀ ਦੀ ਚੈਨ ਨਾਲ ਸਨਮਾਨ ਕਰਾਂਗੇ ਮੁੰਡੇ ਦਾ ਆਪਾਂ, 16 ਫਰਵਰੀ ਨੂੰ ਰੌਣਕਾਂ ਜਿਹੜੀਆਂ ਲੱਗਣਗੀਆਂ, ਘਨੌਰ ਦਾ ਮੇਲਾ ਵੀ ਭੱਜਿਆ ਤੁਰਿਆ ਆਉਂਦਾ, ਵੀਰ ਕਹਿੰਦੇ ਨੁਕਰੇ ਘੋੜੇ ਦੇਵਾਂਗੇ ਆਪਾਂ ਜਿਹੜੇ ਖਿਡਾਰੀ ਬੈਸਟ ਬਣਨਗੇ, ਨਾਲ ਹੀ ਸੈਟਰਡੇ ਦਾ ਵੱਡਾ ਕੱਪ ਜਿਹੜਾ 25 ਜਨਵਰੀ ਨੂੰ ਖੇਡਿਆ ਜਾਣਾ ਹੈ, ਬੁੱਧ ਸਿੰਘ ਬਾਜਵਾ ਸਾਡਾ ਵੀਰ ਕਹਿੰਦਾ ਵੀ ਆ ਕੇ ਤੇ ਗੱਲਾਂ ਫੇਰ ਟਿਕਾਣੇ ਲਾਵਾਂਗੇ। ਖਾਲਸਾ ਜੀ ਸ਼ੇਰੂ ਨਹੀਂ ਆਇਆ ਵੀਰੇ, ਨਹੀਂ ਆਇਆ ਜੀ, ਬਹੁਤ ਤਕੜਾ ਫਾਈਨਲ ਆ ਬਾਈ, ਲਹਿੰਗੇ ਵਾਲੀ ਵੀ ਲਾਈਵ ਆ ਹਰਪ੍ਰੀਤ ਸੰਧੂ ਵਰਗੇ 11 ਫਰਵਰੀ। ਹਾਂਜੀ ਹਾਂਜੀ ਲੇਟ ਆਇਆ ਬਾਈ, ਬੁਲਾਉਣੇ ਆ ਮੈਂ ਕਦੇ ਸੈੱਲ ਮੁਕਾ ਦੇ ਦਿਲਸ਼ਾਦ ਨੇ ਬਾਈ, ਵੇਟ ਕਰੋ ਜੀ ਲਹਿੰਗੇ ਵਾਲੀਓ ਵੇਟ ਜੀ। ਓਕੇ ਓਕੇ ਜੀ, ਨਰਿੰਦਰ ਸਰਾਵ ਜੀ ਬੋਲ ਦਿੱਤੇ ਆ ਜੀ, ਬਾਈ ਜੀ ਅਸੀਂ ਧੰਨਵਾਦ ਕਰਦੇ ਆ ਪ੍ਰਭਸ਼ਾਨ ਸਿੰਘ ਧਾਲੀਵਾਲ USA ਜੋ ਸਾਡੇ ਵੇਟ ਸੈੱਲ ਚੇਂਜ ਹੋ ਰਿਹਾ ਮੈਚ ਵੇਖਣ ਦੇ ਲਈ, ਇਹ ਸਣੀ ਗੱਲ ਬਾਈ ਜੀ ਦਲਬਾਗ ਘੋੜੇ ਵਾਲੇ ਤੇ ਸਾਡੇ ਬਹੁਤ ਹੀ ਪਿਆਰੇ ਸਤਿਕਾਰਯੋਗ ਚਾਚਾ ਜੀ ਹਰਜੀਤ ਸਿੰਘ ਜੀ
ਅਸੀਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਰੈਕੋਰਡ ਤੇ ਕੋਚ ਆ ਜੋ ਪੂਰੀ ਹੋਈ ਚੇਚੇ ਤੌਰ ਤੇ ਸਾਡੇ ਵਿੱਚ ਪਹੁੰਚ ਕੇ ਟੂਰਨਾਮੈਂਟ ਦੀ ਰੌਣਕ ਨੋਦਾ ਹੈ ਸਟਾਰ ਗਿੱਲ ਹਾਂਗਕਾਂਗ ਵੈਲਕਮ ਵੈਲਕਮ ਵੀਰੇ ਸਟਾਰ ਜਰੂਰ ਭੇਜ ਦਿਓ ਜਿਹੜੇ ਭਰਾਵਾਂ ਨੇ ਸਟਾਰ ਨਹੀਂ ਭੇਜੇ ਜੀ ਸਟਾਰ ਜਰੂਰ ਭੇਜ ਦਿਆ ਕਰੋ ਬਾਈ ਸੱਜਣ ਆਏ ਆ ਰਾਏਪੁਰ ਨਹੀਂ ਆਈ ਸਾਰਿਆਂ ਦੇ ਨਾਮ ਨਾਂ ਹੋਣ ਕਰਕੇ ਬਾਈ ਕਿਸੇ ਦਾ ਨਾਮ ਰਹਿ ਜਾਂਦਾ ਤੇ ਸਾਰਿਆਂ ਦਾ ਧੰਨਵਾਦ ਕਰਦੇ ਆ ਜੋ ਸਾਡੇ ਵਿੱਚ ਆ ਕੇ ਜਿਨ੍ਹਾਂ ਨੇ ਟੂਰਨਾਮੈਂਟ ਦੀ ਰੌਣਕ ਨੂੰ ਵਧਾਇਆ ਬਹੁਤ ਬਹੁਤ ਧੰਨਵਾਦ ਬਾਈ ਜੀ ਔਰ ਨਾਲ ਹੀ ਪਿੰਕੂ ਕਕਰਾਲਾ ਸਾਡਾ ਵੀਰ ਕਹਿੰਦਾ ਵੀ ਰਾਏ ਸਰ ਦਾ ਜੱਸਾ ਜੇ ਬਾਲ ਮਾਰ ਕੇ ਜੇ ਕੋਚ ਜੱਸੇ ਦੇ ਬਾਲ ਮਾਰ ਕੇ ਪੜ ਲੈਂਦਾ 100 ਦਿੱਤਾ ਜਾਣਾ ਹੈ ਜੇ ਰਾਏਪੁਰ ਦੀ ਟੀਮ ਜੇਤੂ ਰਹਿੰਦੀ ਆ ਤੇ ਬੌਬੀ ਸਾਡਾ ਵੀਰ ਕਹਿੰਦਾ ਹੈ ਚਿਰਾਗ ਦਿੱਲੀ ਵਾਲਾ ਵੀ 500 ਦੇਵਾਂਗੇ ਪਾਸ ਕੋਚ ਜਿੱਤ ਗਿਆ ਤਾਂ ਬਬਲੀ ਰਾਣੂ ਮੰਡਿਆਲੇ ਵੱਲੋਂ 500 ਪਿੰਕੂ ਕਕਰਾਲਾ ਦਿਲਸ਼ਾਦ ਠੀਕ ਹੈ ਜੀ ਜੇ ਕੋਚ ਮੈਚ ਜਿੱਤਦਾ ਤਾਂ ਬਬਲੀ ਰਾਣੂ ਮੰਡਿਆਲੇ ਵੱਲੋਂ 500 ਦਿੱਤਾ ਬਬਲੀ ਰਾਣੂ ਮੰਡਿਆਲੇ ਵੱਲੋਂ ਵੀ ਹੈ ਵੱਡੇ ਮਾਣ ਦੇ ਸਨਮਾਨ ਕੋਚ ਦੇ ਲਈ ਹੋਣਗੇ 500 ਰੁਪਏ ਦੇ ਵੱਡੇ ਮਾਣ ਵੀਰ ਕਹਿੰਦੇ ਕਰਾਂਗੇ ਆਪਾਂ ਵੀ ਜੇ ਕੋਚ ਫਾਈਨਲ ਜਿੱਤਦਾ ਹੈ ਹਰਦਰ ਦਲਵਾਗ ਤੇ ਦੇਵਰਾਜ ਘੋੜੇ ਦਾ ਕਹਿੰਦੇ ਨਾਂ ਬੜਾ ਵੱਡਾ ਭਰਾ ਸਾਡਾ ਸਦੀ ਬੈਠਾ ਹੋਇਆ ਹੈ ਔਰ ਜਿਹੜੀ ਕਹਿੰਦੇ ਗੱਲਬਾਤ ਵੱਡੀ ਹੈ ਭਰਾ ਸਾਡੇ ਵੀ ਹੈ ਖੇਡਾਂ ਦਾ ਵੀ ਸ਼ੌਕੀਨ ਹੈ ਔਰ ਘੋੜਿਆਂ ਦੀ ਦੁਨੀਆ ਵੀ ਆ ਗਿਆ ਮਹਿਲ ਗੁਰਦਾਰਾ ਕਵੇਟਾ ਸਟਾਰ ਭੇਜਿਆ ਧੰਨਵਾਦ ਜੀ ਸਾਹਿਬ ਯੂਐਸਏ ਵਾਲੇ ਆ ਓਕੇ ਓਕੇ ਜੀ ਰਿਸੀਵਰ ਨੇ ਵੇਟ ਕਰੋ ਮੈਂ ਚੈੱਕ ਕਰਦਾ ਬਾਈ ਕਰ ਚਤਰਾਈ ਜੀਜਾ ਅੱਜ ਦਾ ਤੂੰ ਭੱਜੀ ਆ ਓ ਕਦੇ ਸਾਡੀ ਦੀ ਪਗਾ ਦਿਆ ਕਰ ਹਿੰਦ ਨੂੰ ਸਾਲੀ ਦਾ ਵੀ ਮਾਣ ਰੱਖ ਲਾ ਇੱਥੋਂ ਮੋੜ ਦੇ ਟਰਾਂਦੇ ਸਾਡੇ ਪਿੰਡ ਨੂੰ ਸਾਲੀ ਦਾ ਵੀ ਮਾਣ ਰੱਖ ਲਾ ਵੱਡਾ ਮੈਂ ਧੰਨਵਾਦ ਕਰਦਾ ਸਾਡੇ ਵੀਰਾਂ ਦਾ ਔਰ ਰਿਸ਼ੀ ਪਾਰਕ ਭਰਾ ਸਾਡਾ ਰੋ ਸਾਡੀ ਆ ਖੇਡੇ ਦਾ ਬਾਲ ਮਾਰੀ ਪਾਣੀ ਵਾਲੇ ਵੀਰ ਦੇ ਲਈ 100 ਦਾ ਮਾਣ ਰਿਸ਼ੀ ਪਾਰਕ ਸਾਡੇ ਪ੍ਰਧਾਨ ਦੇ ਲਈ ਜਦੋਂ ਮੈਂ ਧੰਨਵਾਦ ਕਰਦਾ ਸਾਡੇ ਵੀਰ ਦਾ ਪਰ ਮੈਚ ਵੀ ਕਹਿੰਦੇ ਟਿਕਾਣੇ ਦਾ ਗਗੜਿਆ ਤਗੜਾ ਰਹੀ ਹੈ ਸਾਰੀ ਦੀ ਸਾਰੀ ਗੱਲਬਾਤ ਮਿੱਤਰਾ ਉਹ ਤੇਰੇ ਤੇ ਖੜੀ ਹੈ ਗਗਣਿਆ ਕੋਚ ਦੀ ਸਮਝ ਭਾਵੇਂ ਘੱਟ ਆਉਂਦੀ ਆ ਪਰ ਗੱਲਾਂ ਥੋੜੀਆਂ ਡੂੰਘੀਆਂ ਦੱਸਦਾ ਸਮਝ ਲਾ ਮਿੱਤਰਾ ਕੰਮ ਆਉਣਗੀਆਂ ਜ਼ਰੂਰ ਉਹ ਕੋਚ ਜੋਧਪੁਰੀਏ ਨੇ ਟਰਾਈ ਤੇ ਕੀਤੀ ਆ ਖੇਡ ਦੇ ਮੈਦਾਨ ਚ ਟੋਪੀ ਤੇ ਕਹਿੰਦੇ ਜਿੰਦਰ ਮੇਰੇ ਮਿੱਤਰੋ ਉਹ ਜਿਹੜੇ ਤਿਆਰ ਬਰ ਤਿਆਰ ਨੇ ਖੇਡ ਦੇ ਮੈਦਾਨ ਦੇ ਵਿੱਚ ਮੱਝ ਰਿੰਗ ਦੀ ਹੁੰਦੀ ਹੈ ਤੇ ਕਾਰਤ ਦੀ ਹੁੰਦੀ ਹੈ ਤੇ ਘੋੜੀ ਥੱਕ ਦੀ ਵੀ ਹੁੰਦੀ ਹੈ ਬਈ ਘੋੜੀ ਹੁੰਦੀ ਹੈ ਉਹ ਬੰਦ ਤੋੜਦੇ ਨੀ ਹੁੰਦੇ ਆ ਬੰਦ ਹੱਕ ਦੇ ਹੁੰਦੇ ਆ ਤੇ ਕੁੱਤੇ ਪੀਂਦੇ ਨਹੀਂ ਉਹ ਹੁੰਦੇ ਆ ਬਈ ਕੁੱਤੇ ਬਾਤ ਬੋਲੀ ਨਹੀਂ ਉਹ ਜਾਂਦੀ ਹੈ ਬਾਤ ਪਾਈ ਜਾਂਦੀ ਹੈ ਖੀਰ ਪੀਤੀ ਵੀ ਜਾਂਦੀ ਹੈ ਮਾਂਗੇ ਸਵਾਣਾ ਤੇ ਧੋਤੇ ਪਾਣੀ ਨਾਲ ਜਾਂਦੇ ਆ ਰੋਡ ਸ਼ਹਿਰ ਨੂੰ ਜਾਂਦੇ ਆ ਤੇ ਪਹੇ ਢਾਣੀ ਨੂੰ ਜਾਂਦੇ ਨੇ ਆ ਰੋਡ ਸ਼ਹਿਰ ਨੂੰ ਜਾਂਦੇ ਆ ਤੇ ਪਹੇ ਢਾਣੀ ਨੂੰ ਜਾਂਦੇ ਆ ਬਾਬੇ ਮਰਦੇ ਨੀ ਹੁੰਦੇ ਬਾਬੇ ਪੂਰੇ ਹੁੰਦੇ ਆ ਤੇ ਥੋਡੇ ਪੰਜ ਹੋਣਗੇ ਬਈ ਸਾਡੇ ਤੇ ਪੂਰੇ ਹੁੰਦੇ ਆ ਦਾਣਾ ਹੋਰ ਹੁੰਦਾ ਤੇ ਲੇਟੀ ਹੋਰ ਹੁੰਦੀ ਆ ਸੰਦੂਕ ਹੋਰ ਹੁੰਦਾ ਬਾਈ ਤੇ ਪੇਟੀ ਹੋਰ ਹੁੰਦੀ ਆ ਮੁੰਡਾ ਸਭ ਮਾਰਿਆ ਜਾਂਦਾ ਤੇ ਪੱਗ ਬੰਨੀ ਜਾਂਦੀ ਆ ਆਕੜ ਟੁੱਟਦੀ ਨੀ ਹੁੰਦੀ ਆਕੜ ਤੇ ਭੰਨੀ ਜਾਂਦੀ ਆ ਆਕੜ ਟੁੱਟਦੀ ਨੀ ਹੁੰਦੀ ਆਕੜ ਤੇ ਭੰਨੀ ਜਾਂਦੀ ਆ ਉਹ ਪਾਣੀ ਜਲ ਵੀ ਹੁੰਦਾ ਨੀਰ ਵੀ ਹੁੰਦਾ ਤੇ ਨਾਲੇ ਜਲੂਆ ਹੁੰਦਾ ਬਈ ਤੁਹਾਡੇ ਸਪਾਈਡਰਮੈਨ ਹੋਊ ਉਹ ਸਾਡੇ ਤੇ ਹਰੀ ਸਿੰਘ ਨਲੂਆ ਹੋਊਗਾ ਤੁਹਾਡੇ ਸਪਾਈਡਰਮੈਨ ਹੋਊ ਸਾਡੇ ਤੇ ਹਰੀ ਸਿੰਘ ਨਲੂਆ ਹੋਊਗਾ ਮੇਰੇ ਪੁਆਇੰਟ ਦੱਸੋ ਕਿੰਨੇ ਜੀ ਪੁਆਇੰਟ 25 ਜਨਵਰੀ ਨੂੰ ਦਲਸ਼ਾਹ ਤੇ ਵਰਿੰਦਰ ਦਾ ਸਨਮਾਨ ਬਾਲ ਪੇਪਰਾਂ ਨਾਲ ਅਨਸਰਾਂ ਨਾਲ ਨੰਬਰਦਾਰ ਬੜੀ ਗੱਲ ਸੁਣੀ ਇਧਰ ਨੱਥੋ ਵਾਲੀ ਨੱਥੋ ਵਾਲੀ ਪ੍ਰਧਾਨ ਦਾ ਸਨਮਾਨ ਜੈਕਟ ਨਾਲ ਹੋਊਗਾ ਅਨਸਰਾਂ ਨਾਲ ਨੰਬਰਦਾਰ ਨਾ ਨਾ 25 ਜਨਵਰੀ ਨੂੰ ਸੇਵਾਦਾਰ ਆ
ਉਹ ਵੀਰ ਦਾ ਸਨਮਾਨ ਕੀਤਾ ਜਾਣਾ। ਇੱਕ ਤਾੜੀ ਮਾਰ ਦੋ ਯਾਰ ਜ਼ੋਰਦਾਰ। ਬਹੁਤ ਬਹੁਤ ਧੰਨਵਾਦ ਕਰਦਾ ਵੱਡੇ ਮਾਣ ਤੇ ਸਨਮਾਨ ਹੋਣਗੇ ਸਾਡੇ ਵੱਡੇ ਵੀਰ ਦੇ ਆ। ਅਨੰਸਰਾਂ ਦਾ ਨੰਬਰਦਾਰ ਕਹਿੰਦਾ ਯੂਪੀ ਵਾਲਾ ਵੀ ਇੱਕ ਜੈਕਟ ਦੇ ਨਾਲ ਵੱਡੇ ਮਾਣ ਦੇ ਸਨਮਾਨ ਜਿਹੜੇ ਕਰ ਦਿਆਂਗੇ ਆਪਾਂ। ਅੱਠ ਅੱਠ ਦੀ ਬਰਾਬਰੀ ਆ। ਆਹ ਬਈਏਵਾਲ ਦਾ ਚੌਂਤੀ 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 ਦੇ ਜੱਸਾ। ਆਹ ਕਹਿੰਦੇ ਟੱਕਰ ਕਹਿੰਦੇ ਹੋ ਗਈ ਸ਼ੇਰਾਂ ਦੀ ਆ। ਖੜ ਕੇ ਦੇਖੂ ਕੁੱਲ ਜਮਾਨਾ ਕੱਪ ਹੀ ਉਹ ਜਿੱਤਣਗੇ। ਆਹ ਜਿੰਨਾ ਦੇ ਦੌੜਿਆ ਪੱਟਾਂ ਦੇ ਵਿੱਚ ਜਾਣਾ ਕੱਪ ਹੀ ਉਹ ਜਿੱਤਣਗੇ ਬਈ ਜਿੰਨਾ ਦੇ ਆਹ ਦੌੜਿਆ ਪੱਟਾਂ ਦੇ ਵਿੱਚ ਜਾਣਾ। ਰਾਏਸਰ ਵਾਲਿਆ ਧਿਆਨ ਕਰਦਾ ਬਾਲ ਆਊਟ ਆ ਤੇ ਦੱਸ ਦੀ ਗੱਲਾਂ ਨੌ ਅੱਠ ਗਿਆ ਅੱਠ ਅੱਠ ਪੁਆਇੰਟ ਕੀ ਵੀਰੇ ਅੱਠ ਬਰਾਬਰੀ ਆ ਅੱਠ ਬਰਾਬਰੀ ਆ ਸਕੋਰ ਵੀਰੇ ਨੌ ਅੱਠ ਹੋ ਗਏ ਜੀ। ਮਾਫੀ ਚਾਹੁੰਦੇ ਬਾਈ ਕਈ ਵਾਰ ਦਿਮਾਗ ਚੋਂ ਨਿਕਲ ਜਾਂਦੀ ਹੈ। ਸਾਰੇ ਸਾਡੇ ਭਰਾ ਨੇ ਬੜੇ ਤਗੜੇ ਪ੍ਰਬੰਧ ਕੀਤੇ ਆ ਔਰ ਤਗੜੇ ਮੈਚ ਖੇਡੇ ਗਏ ਅੱਜ ਦੇ ਇਸ ਖੇਡ ਟੂਰਨਾਮੈਂਟ ਦੇ ਆ। ਲਓ ਨੰਬਰ ਦਸਵਾਂ ਜੁੜ ਗਿਆ ਰਾਏਕੋਟ ਦੀ ਜਿੱਤ ਲਈ। ਜੋਧਪੁਰੀਆ ਸਿੰਗਲ ਐਂਡ ਸਮੈਸ਼ ਮਾਰੇ ਪਰਮਡੇਰ ਭੂਪਿੰਦਰ ਵਾਸਲਾ ਸਾਡਾ ਵੀਰ ਕਹਿੰਦਾ ਵੱਡੇ ਮਾਨ ਤੇ ਸਨਮਾਨ ਆਪਾਂ 200 ਦੇ ਨਾਲ ਕਰਾਂਗੇ ਜੇ ਕੋਚ ਸਿੰਗਲ ਹੈਂਡ ਸਮੈਸ਼ ਮਾਰੇ। 68 ਸਕੋਰ ਹੋ ਗਏ ਮੇਰੇ ਹਿਸਾਬ ਦਾ 10 ਰੈਕ ਕੋਟ 8 ਰੈਸਰ ਬਈ 10 ਤੇ 8 ਦਾ ਮੁਕਾਬਲਾ। ਆਹ 2 ਪੁਆਇੰਟਾਂ ਦਾ ਕਹਿੰਦੇ ਫਰਕ ਆ ਖੇਡ ਦੇ ਮੈਦਾਨ 'ਚ। ਰਾਏਸਰ ਵਾਲਿਆ ਲੋਕਾਂ ਤੋਪ ਕਹਿਣੋ ਹਟ ਜਾਣਾ। ਇੱਕ ਅੱਧੀ ਬਾਲ ਤੇ ਧਰਤੀ ਦੀ ਹਿੱਕ ਤੇ ਮਾਰਨੀ ਪੈਣੀ ਟੱਪਾ ਕੋਈ ਪਾਉਣਾ ਪੈਣਾ ਹੈ ਤੇ ਜਾਂ ਫਿਰ ਗੋਪੀ ਆ। ਆਹ ਜਿੰਦਰ ਜਾਂ ਟੋਟ ਦੇ ਗੁੱਟਾਂ ਦੇ ਬਾਲ ਮਾਰੇ ਆ ਤੇ ਰਿਕਾਰਡ ਜਿਹੜੇ ਫੇਰ ਬੋਲਣਗੇ ਮਿੱਤਰਾ। ਆਹ ਦੁਨੀਆਂ 'ਚ ਗੱਲਾਂ ਫੇਰ ਹੋਣਗੀਆਂ, ਪਾਲਾਂ ਜਿਹੜੀਆਂ ਲਾਉਣੀਆਂ ਪੈਣਗੀਆਂ। ਗਗਨੇ ਅੱਛਾ ਗਗਨਾ ਕਿਉਂ ਸਮੈਸ਼ ਮਾਰਦਾ ਰਾਵੀ ਜਿਹੜਾ ਪਹਿਲਾਂ ਆਪਾਂ ਪੈਸੇ ਬੋਲੇ ਜੇ ਗਗਨਾ ਸਮੈਸ਼ ਮਾਰਦਾ ਤਾਂ ਗਗਨੇ ਦੇ ਲਈ 200 ਆ। ਵੱਡੇ ਮਾਣ ਸਾਡੇ ਵੀਰ ਪਰਮ ਮੰਡੇਰ ਭੂੰਦਰਵਾਸ ਵੱਲੋਂ 200 ਦਿੱਤਾ ਜਾਵੇਗਾ। ਰੀਸੀ ਪਾਰੇਕ ਜੋਧਪੁਰੀਏ ਵੱਲੋਂ ਕੋਚ ਦਾ ਸੀਗਾ ਜੇ ਸਿੰਗਲ ਐਂਡ ਮਾਰੀ 200 ਉਲਟ ਬੋਲਿਆ ਗਿਆ। ਰੀਸੀ ਪਾਰਕ ਜੋਧਪੁਰੀਏ ਵੱਲੋਂ ਰਸਾਲੀਆ ਕਿਹੜਾ ਉਹ ਵੀਰ ਵੱਲੋਂ ਜੇ ਸਮੈਸ਼ ਮਾਰਦਾ ਕੋਚ ਨੇ 200। ਹਾਂਜੀ ਹਾਂਜੀ ਬੋਲਤਾ ਰਿਸ਼ੀ ਵੀਰੇ ਬੋਲਤਾ ਜੀ। ਕਈ ਵਾਰ ਹੋ ਜਾਂਦੀ ਹੈ ਉਲਟ ਵੀਰੇ। 9 ਦਾ ਸਕੋਰ ਹੋ ਗਏ ਬਾਈ। ਠੰਡਾ ਕਈ ਵਾਰ ਹੋ ਜਾਂਦੀ ਹੈ ਵੀਰੇ। ਬਾਲ ਪੇਪਰ ਅਨੰਸ ਵੱਲੋਂ ਠੀਕ ਹੈ। ਅਰਸ ਕੀ ਬੁਲਾਉਣਾ ਵੀਰੇ ਦੱਸੋ ਜੀ। ਰਾਏਸਰ ਵਾਲਿਆ ਟੱਪਾ ਪਾਉਣਾ ਅਰਸ ਲਾ ਕੇ ਉਮੈਂਟ ਦੁਬਾਰੇ ਵੀਰੇ। ਬਹੁਤ ਸੋਹਣਾ ਬਾਈ, ਬਹੁਤ ਸੋਹਣਾ ਡ੍ਰੌਪ ਲਾਇਆ ਬਾਈ ਨੇ। 11 ਹੋ ਗਏ 11 10 ਤੋਂ ਸਾਈਡਾਂ ਤੇ ਜਾ ਵੀਰੇ। ਯਾਰੀ 11 ਤੇ 10 ਤੋਂ ਸਾਈਡਾਂ ਤੇ ਜਾ ਵੀਰੇ। ਹੈਪੀ ਚੈਨ ਕੈਨੇਡਾ ਦੇ ਹੋਕੀ ਵਾਲਾ ਬਾਈ ਰਾਏ ਸਰ ਵੀ ਸਟਾਰ ਨੂੰ ਭੇਜਿਆ ਕਰੋ ਜੀ। 10 ਨੰਬਰ ਸਪੋਰਟ ਨੂੰ ਭੇਜਿਆ ਕਰੋ ਸਟਾਰ ਵਾਲੀ ਵੀਰੇ ਜਿਹੜੇ ਭਰਾਵਾਂ ਤੇ ਨਹੀਂ ਭੇਜੇ ਜ਼ਰੂਰ ਭੇਜੋ ਸਪੋਰਟ ਸਟਾਰ ਵਾਲੀ ਵੀਰੇ। ਗੁਰਦੁਆਰਾ ਸਾਹਿਬ ਵਾਲੀ ਸਾਈਡ 11 10 ਦੀ ਟੱਕਰ ਬਾਈ ਸਰ। ਗੁਰਦੁਆਰਾ ਟਿੱਬੀ ਸਾਹਿਬ ਵਾਲੀ ਸਾਈਡ ਖੇਤਾਂ ਵਾਲੀ ਸਾਈਡ। ਅਰਸ ਵੀਰੇ ਕਮੈਂਟ ਦੁਬਾਰਾ ਕਰ ਦਿਓ ਜੀ। ਲੰਘ ਗਿਆ ਕਮੈਂਟ, ਜ਼ਿਆਦਾ ਉੱਪਰ ਲੰਘ ਗਿਆ ਹੋਣਾ ਤੁਹਾਡਾ। ਅਰਸ ਕਮੈਂਟ ਕਰ ਦਿਓ ਮਾੜਾ ਕੀ ਬੁਲਾਉਣਾ ਬਾਈ। ਰਾਏਸਰ ਦੇ 11 ਪੁਆਇੰਟ ਆ ਵੀਰੇ ਤੇ ਰਾਏਕੋਟ ਦੇ 10 ਪੁਆਇੰਟ ਆ। ਫਾਈਨਲ ਆ, ਫਾਈਨਲ ਕਰ ਲੈ ਬਹੁਤ ਫਾਸਮਾ ਲੱਗਿਆ। ਫਾਈਨਲ ਆ ਫਾਈਨਲ ਜੀ, ਕੋਚ ਜੱਸੇ ਦੇ ਜਾਂ ਜੱਸਾ ਕੋਚ ਦੇ ਤਾਂ ਵੀ ਬੋਲਣ ਦੀ ਸਾਂਝ ਪਾਵੇਗਾ ਜੱਸਾ ਸਾਡਾ ਵੀਰ। ਬੜੀ ਬੁਲੰਦ ਬਾਜ ਦਾ ਮਾਲਕ ਆ ਇਹ ਵੀ ਜੱਸੇ ਦਰਗੀ ਲੇਖੇ ਦੇ ਉੱਤੇ ਨੇ ਦੱਸੇ ਮੇਰਾ ਵੀਰ ਬਣ ਕੇ। ਜੇ ਕੋਚ ਜੱਸੇ ਤੇ ਜੱਸਾ ਕੋਚ ਤੇ ਹੱਥ ਘਲਾਵੇ 1100 ਅਰਸ ਸਰਮੰਗ ਨਾਲ ਹੀ। ਅਰਸ਼ ਸ਼ਰਮਾ ਕਹਿੰਦਾ ਘਨੌੜ ਵਾਲਾ ਸਾਡਾ ਵੀਰ ਵੇਲਾ ਵੀ ਭਰਾ ਕਹਿੰਦੇ ਤਗੜਾ ਕਰਵਾਉਣਾ ਸਾਰੇ ਖਿਡਾਰੀਆਂ ਦੇ ਵੱਡੇ ਮਾਣ ਕਰਾਂਗੇ। ਔਰ ਜੇ ਜੱਸਾ ਕੋਚ ਦੇ ਹੱਥ ਘਲਾ ਦੇਵੇ ਤੇ ਕੋਚ ਜਾਂ ਫਿਰ ਜੱਸੇ ਦੇ ਹੱਥ ਘਲਾ ਦੇ ਵੀਰ ਕਹਿੰਦਾ ਬਾਲ ਇੱਕੋ ਹੀ ਪਰ ਪਤਾ ਲੱਗਣਾ ਚਾਹੀਦਾ 90 ਡਿਗਰੀ ਦਾ ਕੋਣ ਬਣ ਜੇ ਹੱਥਾਂ ਤੇ ਵੱਜ ਗਏ ਤੇ ਭਰਾ ਕਹਿੰਦਾ 1100 ਦੇਵਾਂਗੇ ਆਪਾਂ।
ਇੱਕ ਬਾਣ ਦਾ ਹੀ ਹੈ, 1100 ਦਿੱਤਾ ਜਾਣਾ ਹੈ। ਵੱਡੇ ਬਾਣ ਦੇ ਵੱਡੇ ਸਨਮਾਨ ਹੋਣਗੇ। ਲੈ ਵੀ ਵੀਰਿਆ 12 ਦੱਸੋਗੇ ਨਾ ਪੁਆਇੰਟ ਪੁਆਇੰਟਾਂ ਦੇ ਬਾਈ। ਸੱਤਾ ਹਰ ਗਿਆ ਸੀ ਵੀਰੇ, ਸੱਤਾ ਹਰ ਗਿਆ ਸੀ ਮਣੀ ਕਹਿੰਦੇ 13 ਦੱਸ ਵੀਰੇ, ਸੱਤਾ ਹਰ ਗਿਆ ਸੀ ਵੀਰੇ ਕਾਲੀ ਵਾਲੇ ਨੂੰ ਜੀ। ਵੱਡਾ ਫਰਕ ਪੈ ਚੁੱਕਿਆ, ਤਿੰਨਾਂ ਪੁਆਇੰਟਾਂ ਦਾ 13 ਨੰਬਰ ਬਣੀ ਵੀਰੇ। ਰਾਜਸਰ ਦੀ ਟੀਮ ਦੇ 10 ਨੰਬਰ ਆਏ ਕੋਈ ਵੀ ਵੀਰੇ, ਕਹਿੰਦੇ ਸ਼ੌਕੀਨ ਆ ਜੱਟ ਹਰ, ਕਹਿੰਦੇ ਬੜੀ ਜਰੂਰ ਭੇਜਿਆ ਕਰੋ ਬਈ, ਰਹਿਣ ਵਾਲੇ ਆ ਕਹਿੰਦੇ ਮੁੰਡੇ ਆ। ਦੱਸ ਬਈ ਆ ਵੀ ਵੱਡੀ ਗੱਲਬਾਤ ਆ, ਬੜੀ ਨਿਮਰਤਾ ਬੜੀ ਸਹਿਣਸ਼ੀਲਤਾ ਸਾਡੇ ਵੱਡੇ ਭਰਾ ਚ ਹਮੇਸ਼ਾ ਮਾਣ ਕੀਤਾ ਔਰ ਖਿਡਾਰੀਆਂ ਦੇ ਵੀ ਆ, ਔਰ ਭਰਾ ਸਾਡਾ ਕਹਿੰਦੇ ਖੁੱਲੇ ਦਿਲ ਨਾਲ ਪੈਸੇ ਲਾ ਰਿਹਾ ਹੈ। ਅੱਜ ਕਹਿੰਦੇ 13 ਤੇ 10 ਦਾ ਮੁਕਾਬਲਾ ਖੇਡਿਆ ਜਾ ਰਿਹਾ, ਇੱਧਰ ਫਾਈਨਲ ਮੈਚ ਆ, ਦੇਖਾਂਗੇ ਕਿਹਦੇ ਉਹ ਖਿਡਾਰੀ ਹੋਣਗੇ ਭਾਗਾਂ ਵਾਲੇ ਜਿਨ੍ਹਾਂ ਦੇ ਘਰ ਅੱਜ ਐਲਈਡੀਆਂ ਜਾਣਗੀਆਂ। ਰਣੀਏ ਦਾ ਕੱਪ ਭਰ ਜੋ ਬਣ ਰਿਹਾ ਹੈ, ਔਰ ਕੁਝ ਕੁ ਪੁਆਇੰਟਾਂ ਦੀ ਖੇਡ ਜਿਹੜੀ ਬਾਕੀ ਆ, ਇਸ ਤੋਂ ਬਾਅਦ ਜਿਹੜੀਆਂ ਗੱਲਾਂ ਲੱਗਣਗੀਆਂ ਟਿਕਾਣੇ ਆ, ਲੋਕਾਂ ਫੇਸਬੁੱਕ ਇੰਸਟਾ ਤੇ ਪੋਸਟਾਂ ਪਾ ਪਾ ਕੇ ਧੁੱਕੀ ਕੱਢ ਦੇਣੀਆਂ ਵੀ ਬਾਈ ਰਣੀਏ ਦਾ ਮੇਲਾ ਦੇ ਅਸੀਂ ਜਿੱਤਿਆ। ਜਸੂ ਲੋਕਾਂ ਗੱਲਾਂ ਕਰਦੀਆਂ ਵੀ ਰਣੀਏ ਦੇ ਵੱਡੇ ਕੱਪ ਤੇ ਅਸੀਂ ਵਹਿਜਾ ਵਹਿਜਾ ਕਰਵਾਈ ਆ, ਜਿਵੇਂ ਕਹਿੰਦੇ ਲਵ ਚੰਦਨ ਨੇ ਗੱਲਾਂ ਕੀਤੀਆਂ ਵੀ ਉਹਨੇ ਭੇਜਿਆ ਸੀ ਹੈਲੋ ਤੇ ਮੈਂ ਵੀ ਕੀਤਾ ਰਿਪਲਾਈ ਆ, ਔਰ ਜੱਗੋ ਤੱਤਿਆਂ ਦੇ ਨਾਲ ਉਹਦੀ ਫੋਟੋ ਮੰਗਵਾਈ ਆ, ਉਹ ਵੀ ਘੈਂਟ ਸੀਗੀ ਬਾਲੀ ਆ ਤੇ ਮੇਰੀ ਮੱਤ ਗਈ ਸੀ ਮਾਰੀ ਆ। ਲਵ ਚੰਦਨ ਕੇ ਸਾਰਿਆਂ ਨਾਲ ਹੁੰਦਾ ਹੀ ਆ, ਔਰ 2 ਸਾਲ ਐਫਬੀ ਤੇ ਗੱਲ ਕਰਕੇ ਮੈਨੂੰ ਕਹਿੰਦੀ ਵੀਰੇ ਸੌਰੀ ਮੈਂ ਵੀ ਮੁੰਡਾ ਹੀ ਆ, 2 ਸਾਲ ਐਫਬੀ ਤੇ ਗੱਲ ਕਰਕੇ ਔਰ ਮੈਨੂੰ ਕਹਿੰਦੀ ਵੀਰੇ ਸੌਰੀ ਆ ਮੈਂ ਵੀ ਮੁੰਡਾ ਹੀ ਆ। ਇਹ ਥੋੜਾ ਟਾਈਮ ਪਹਿਲਾਂ ਚੱਲਿਆ ਸੀ ਦੌਰ, ਪਰ ਹੁਣ ਜ਼ਮਾਨਾ ਤੇਜ ਹੋ ਗਿਆ। 14 ਵਿਖਾਵੇ ਜਲਵਾ ਕਹਿ ਮੇਰਾ ਵੀਰ ਤੇਰੇ ਨੇੜੇ ਬੈਠਾ ਯਾਰਾ, ਤੂੰ ਤੇਰੀ ਵਾਲੇ ਵੱਧ ਸੁਣ ਜੋ ਨੂੰ ਕਹਿਣਾ ਵੀ ਬਾਹਰ ਕੋਈ ਤਗੜੀ ਲਾਉਣੀ ਪੈਣੀ ਹੈ, ਔਰ ਕਦੇ ਮੈਚ ਵੀ ਤਗੜਾ ਖੇਡਾ ਜਾ ਰਿਹਾ। 14-10 ਹੋ ਗਿਆ ਹੈ, ਸ਼ਾਹੀ ਰਾਜਸਰ ਵਾਲਾ ਕਰਦੇ ਤਮੰਨਾ ਪੂਰੀ ਮੁੰਡਿਆਂ ਦੀ ਹੈ, ਇੱਕ ਦਾ ਤਗੜਾ ਜਾਂ ਧੱਫੜ ਪਾਉਂਦੇ ਹੈ ਤੇ ਲੋਕਾਂ ਨੂੰ ਪਤਾ ਲੱਗੇ ਵੀ ਸਪੀਡ ਕੀ ਹੁੰਦੀ ਹੈ, ਫੋਰਸ ਕਿਵੇਂ ਵੱਜਦੀ ਹੈ। ਇਹ ਲੋਕਾਂ ਨੇ ਮਿੱਤਰਾ ਫੇਰ ਗੱਲਾਂ ਕਰਦੀਆਂ ਵੀ ਗੱਲਬਾਤ ਆ ਮੁੰਡੇ ਦੀ ਖੇਡ ਦੇ ਵਿੱਚ, ਵੀ ਕੋਈ ਗੱਲਬਾਤ ਵੱਡੀ ਹੋਊਗੀ ਹੈ ਨਾ, ਐਵੇਂ ਦੁਨੀਆ ਮਿਸਾਲ ਦਿੰਦੀ ਹੈ। ਔਰ ਰੌਲਾ ਹੋਵੇ ਜੇ ਗਰੁੱਪ ਸਾਡੇ ਦਾ, ਸਕੋਰ ਵੀਰੇ 14-10 ਲਾਉਣੀ ਵੀ ਕਹਿੰਦੇ ਵੱਡੇ ਮਾਣ ਕਰਾਂਗੇ ਆਪਾਂ, 14-10 ਸਕੋਰ ਕੇ ਲਾਣੇ ਜਾਂਦੀ ਆ, ਚਰਚਾ ਹੁੰਦੀ ਆ। ਔਰ ਕਹਿੰਦੇ ਸਤਗੁਰ ਦੀ ਲਾਈਵ ਤੱਕ ਦਾ ਮਾਣ ਕਰਦਾ ਵੀਰ ਸੰਗਾ, ਇੱਕ ਅੱਧੀ ਬਾਲ ਤਕੜੀ ਹੈ ਰੱਸਾ ਕਹਿੰਦਾ ਰੱਸਾ ਵਾਹ ਵੀ ਵਾਹ, ਜੈਸਰ ਵਾਲਾ ਕਹਿੰਦੇ ਰੱਸਾ ਆਇਆ ਹੋਇਆ, ਕਮਾਲ ਦਾ ਮੈਚ ਖੇਡਿਆ ਜਾ ਰਿਹਾ ਦੋਵੇਂ ਪਾਸੇ ਆ। ਔਰ ਧੁੰਦ ਵੀ ਬੰਦੀ ਜਾਂਦੀ ਹੈ ਇਧਰਲੇ ਪਾਸੇ, ਕਮਾਲ ਕਮਾਲ ਕਮਾਲ, ਬਜੋ ਮੇਰਾ ਬਾਈ ਬਜੋ, ਜਿੰਨਾ ਬਾਜੋ ਦਾ ਬਜੋ, ਜੱਸਾ ਸਾਰਾ ਬੋਧੀ ਸਿੰਘ ਬਾਜਵਾ ਤੇ ਰਿੱਕੀ ਕਿਰਪਾਲੇਵਾਲ ਵੱਲੋਂ ਪਾਣੀ ਵਾਲੇ ਪ੍ਰਧਾਨ ਦਾ ਸਹਿਜ ਵਾਲੇ ਕੱਪ ਤੇ 3100 ਨਾਲ ਸਨਮਾਨ ਕੀਤਾ ਜਾਊ। ਬੋਧੀ ਸਿੰਘ ਬਾਜਵਾ ਤੇ ਰਿੱਕੀ ਕਿਰਪਾਲੇਵਾਲ ਨਾਲ ਹੀ ਰਿੱਕੀ ਕਿਰਪਾਲੇਵਾਲ
और बुद्ध सिंह बाजवा साडा वीर है दसदे आ भरा साडा रिकी पुर्तगाल वाला ते नाल बुद्ध सिंह बाजवा भरा साडा सहजड़िया वाला ਲੈ ਵੀ ਪ੍ਰਧਾਨ ਤੈਨੂੰ ਮੁਬਾਰਕਾਂ ਨੇ ਯਾਰਾ ਸ਼ਹਿਰਾਂ ਦੇ ਵੱਡੇ ਕੱਪ ਦੇ ਨੱਥੋ ਵਾਲੀ ਤਰਸੇਮ ਪ੍ਰਧਾਨ ਦਾ ਸਨਮਾਨ 3100 ਦੀ ਨਗਦ ਰਾਸ਼ੀ ਨਾਲ ਕੀਤਾ ਜਾਵੇਗਾ ਪ੍ਰਧਾਨ ਸਾਡੇ ਭਰਾ ਨੂੰ ਬਹੁਤ ਵੱਡੀਆਂ ਮੁਬਾਰਕਾਂ ਨੇ ਲੈ ਵੀ ਪ੍ਰਧਾਨ ਵੀਰ ਕਹਿੰਦੇ ਆ ਭਰਾ ਦੀ ਸੇਵਾ ਬੜੀ ਆ ਤਪੱਸਿਆ ਵਾਲਾ ਕੰਮ ਹੀ ਆ ਔਰ ਵੀਰ ਸਾਡੇ ਕਹਿੰਦੇ ਵੱਡਾ ਮਾਣ ਕਰਾਂਗੇ ਆਪਾਂ ਭਰਾ ਸਾਡੇ ਦਾ 3100 ਦੀ ਨਗਦ ਰਾਸ਼ੀ ਦੇ ਨਾਲ ਬੁੱਧ ਸਿੰਘ ਬਾਜਵਾ ਦੇ ਨਾਲ ਰਿੱਕੀ ਸਾਡਾ ਯਾਰ ਕਿਰਪਾਲੇ ਵਾਲੀ ਆ ਪੁਰਤਗਾਲ ਬੈਠਾ ਵੱਡੇ ਮਾਣ ਜਿਹੜੇ ਕਰ ਦਿੱਤੇ ਜਾਣਗੇ ਲੈ ਵੀ ਸਕੋਰ ਦੱਸ ਦੇ ਮੇਰਾ ਵੀਰ ਕਿੰਨੇ ਕਿੰਨੇ ਹੋ ਗਏ ਗਿੱਲਾ ਉਹੀ ਕੰਮ ਹੋ ਗਿਆ ਤਾਂ ਹੁੰਦਾ ਵੀ ਆਪਣੇ ਕੋਲ ਰਸਤੇ ਚ ਧੰਨਵਾਦ ਕਰਦਾ ਜਿੰਨੀ ਵੀ ਸੰਗਤ ਲਾਈਵ ਤੱਕ ਰਹੀ ਹੈ ਸਟਾਰ ਵਾਲੀਬਾਲ ਪੇ ਦੇ ਜਰੀਏ ਔਰ ਨਾਲ ਹੀ ਤੇ ਸ਼ੇਰੇ ਪੰਜਾਬ ਫੈਡਰੇਸ਼ਨ ਵਾਲੀਬਾਲ ਕੱਤੀ ਲਾਈਵ ਪੇ ਦੇ ਜਰੀਏ ਇਹਨਾਂ ਸਾਰਿਆਂ ਭਰਾਵਾਂ ਦਾ ਵੀ ਸਨਮਾਨ ਹੋਣਗੇ ਬਾਲ ਹੋਏ ਜੌਂਟੀ ਯਾਰ ਤਗੜੀ ਬਾਲ ਠੀਕ ਹੈ ਗੁਰਪ੍ਰੀਤ ਜਵੰਦਾ ਸੰਘਾਲਾ ਕੀ ਵਾਲਾ ਬਾਈ ਓਕੇ ਓਕੇ ਜੀ ਕਰਨ ਮਲੇਸ਼ੀਆ ਜੀ ਦਿਲਸ਼ਾਦ ਸਾਉਣ ਬੰਦ ਹੋ ਗਿਆ ਕਰਨ ਵੀਰੇ ਕਰਾਉਣੇ ਨਾ ਉਹ ਜੀ ਵੇਟ ਹੈਲੋ ਠੀਕ ਹੈ ਜੀ ਔਰ ਨਾਲ ਹੀ ਸਾਡਾ ਵੀਰ ਸਨੀ ਕਹਿ ਰਿਹਾ ਵੀ ਰਾਏਕੋਟ ਦੇ ਗੋਪੀ ਦਾ ਆਪਾਂ ਮਾਣ ਕਰਨਾ 500 ਦੇ ਨਾਲ ਔਰ ਨਾਲ ਹੀ ਰਾਏਸਰ ਵਾਲਾ ਗਗਨ ਜਿਹੜਾ ਮੁੰਡਾ ਨੇੜ ਤੇ ਖੇਡਦਾ ਇਹਦੇ ਵੀ 500 ਦੇ ਵੱਡੇ ਮਾਣ ਸਨਮਾਨ ਨੇ ਸਾਡੇ ਬਾਈ ਸਨੀ ਵੱਲੋਂ ਦੇਵਰਾਜ ਤੇ ਦਿਲਬਾਗ ਘੋੜੇ ਵਾਲਾ ਸਾਡਾ ਵੱਡਾ ਵੀਰ ਕਹਿੰਦਾ ਵੀ ਇਹਨਾਂ ਦੋਨਾਂ ਖਿਡਾਰੀਆਂ ਨੇ ਬੜੀ ਤਗੜੀ ਖੇਡ ਦਿਖਾਈ ਹੈ ਆਪਾਂ ਮਾਣ ਕਰਾਂਗੇ ਆ 500 ਦੀ ਨਗਦ ਰਾਸ਼ੀ ਦਿੱਤੀ ਜਾਣੀ ਹੈ ਉਹ ਟੀਮਾਂ ਕਹਿੰਦੇ ਭਿੜ ਰਹੀਆਂ ਨੇ ਜੋਧਪੁਰੀਆ ਕੋਚ ਆ ਗਿਆ ਸੈਂਟਰ ਦੇ ਵਿੱਚ ਉੱਚਾ ਲੰਬਾ ਕਰਦਾ ਤੇ ਖੇਡ ਕਹਿੰਦੇ ਮੁੰਡੇ ਦੀ ਜੱਗੋ ਵੱਖਰੀ ਆ ਪਰ ਬਈਆ ਵਾਲੀ ਆ ਜੌਂਟੀ ਵੀ ਆ ਅੱਜ ਕਹਿੰਦੇ ਬੜਾ ਫਿੱਟ
ਹੋਇਆ ਫਿਰਦਾ। ਰਾਏਸਰ ਦੇ ਜੱਸੇ ਨੇ ਵੀ ਬਾਲਾਂ ਜਿਹੜੀਆਂ ਟਕਾਣੇ ਦੀਆਂ ਲਾਈਆਂ ਤੇ ਰਾਏਕੋਟ ਦਾ ਜਿੰਦਰ ਵੀ ਹੈ ਆਹ ਮੁੰਡਾ ਕਹਿੰਦੇ ਬੜੀ ਦਲੇਰੀ ਦੇ ਨਾਲ ਖੇਡਦਾ ਹੈ ਵੀ ਜਿਗਰਾ ਦਲੇਰ ਆਹ ਪੂਰੀ ਬਾਬੇ ਦੀ ਆ ਮੇਰ ਤੇ ਸ਼ੀਣੀਵਾਨ ਦੇਵੇ ਥਾਪੀ ਬਾਪੂ ਆਖਦਾ ਹੈ ਸ਼ੇਰ ਉਹ ਸੁਖੀ ਲੁੱਟੋ ਲਿਖੇ ਸਾਡੀ ਜਾਨ ਵਾਲੇ ਕਿੱਸੇ ਤੇ ਪਾਣੀ ਪੱਗ ਦੇ ਪਿਛਾਂ ਬੰਦ ਮੋੜ ਦਿੰਦੇ ਆ ਮਿੱਤਰਾਂ ਦੀ ਹਿੰਡ ਦੀ ਲਪੇੜ ਵਰਗੀ ਕੱਦੇ ਪੱਕੀਆਂ ਗਰਾਰੀਆਂ ਦੇ ਭੋਰ ਦਿੰਦੇ ਆ ਉਹ ਮਿੱਤਰਾਂ ਦੀ ਹਿੰਡ ਦੀ ਲਪੇੜ ਵਰਗੀ ਕੱਦੇ ਪੱਕੀਆਂ ਗਰਾਰੀਆਂ ਦੇ ਭੋਰ ਦਿੰਦੇ ਆ ਤੇ ਸਾਡੇ ਮੂਹਰੇ ਕਰੀ ਨਾ ਰਕਾਨ ਸਿੱਟ ਕਾਕਾ ਅਸੀਂ ਤੋੜ ਦਿੰਦੇ ਆ ਸਾਡੇ ਮੂਹਰੇ ਕਰੀ ਨਾ ਰਕਾਨ ਸਿੱਟ ਕਾਕਾ ਅਸੀਂ ਤੋੜ ਜੇ ਜੱਸਾ ਤਿੰਨ ਤਗੜੀਆਂ ਬਾਲਾਂ ਲਾਵੇ 1100 ਦੀਆਂ ਕਰਨ ਮਲੇਸ਼ੀਆ ਵੱਲੋਂ ਨਾਲ ਹੀ ਕਰਨ ਸਾਡਾ ਵੀਰ ਪੰਡਿਤ ਮਲੇਸ਼ੀਆ ਵਾਲਾ ਕਹਿੰਦਾ ਵੀ ਜੇ ਜੱਸਾ ਤਿੰਨ ਤਗੜੀਆਂ ਬਾਲਾਂ ਹੋਰ ਲਾ ਗਿਆ ਤੇ ਆਪਾਂ 1100 ਦੇਵਾਂਗੇ ਰਾਏਸਰ ਦੇ ਜੱਸੇ ਦੇ ਲਈ ਕਰਨੀ ਪੰਡਿਤ ਮਲੇਸ਼ੀਆ ਵਾਲੇ ਵੱਲੋਂ 1100 ਦੇ ਵੱਡੇ ਮਾਨ ਦਿੱਤੇ ਜਾਣਗੇ ਔਰ ਨੰਬਰ ਇੱਕ ਹੋਰ ਜੁੜ ਗਿਆ 17 ਹੋ ਗਏ ਮੈਨੂੰ ਲੱਗਦਾ ਗਿੱਲ 17-12 ਹੋ ਗਈ ਬਾਈ ਓਕੇ ਓਕੇ ਜੋਗਰਾਜ ਜੀ ਬਹੁਤ ਵਧੀਆ ਮੈਚ ਹੈ ਤਿੰਨ ਚਾਰ ਕੁ ਪੁਆਇੰਟਾਂ ਦੀ ਜਿਹੜੀ ਖੇਡ ਬਾਕੀ ਰਹਿ ਗਈ ਹੈ ਔਰ ਫਿਰ ਜਿਹੜੇ ਰਿਕਾਰਡ ਬਣ ਜਾਣਗੇ ਰਣੀਆਂ ਦੇ ਬੰਦੇ ਕੰਬਦੇ ਇੱਧਰ ਜੋਧਪੁਰੀਆ ਕੋਚ ਟਰਾਈ ਕਰਦਾ ਪਤਲਾ ਜਿਹਾ ਸਰੀਰ ਹੈ ਪਰ ਖੇਡ ਕਹਿੰਦੇ ਮੁੰਡੇ ਦੀ ਨਿਰਾਲੀ ਆ ਬਈਏਵਾਲ ਦਾ 34 ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ ਇਹ ਆ ਬਈਏਵਾਲੀ ਆ ਮੁੰਡਾ ਕਹਿੰਦੇ ਥਿੰਦ ਪਰਿਵਾਰ ਦਾ ਜਿਹਨੇ ਕਹਿੰਦੇ ਹੁਣ ਕਮਾਲ ਕਰ ਦਿੱਤੀ ਹੈ ਆਕਸੀ ਵਿਧਾਨ ਚ ਸਭ ਤੋਂ ਪਹਿਲਾਂ ਮੋਟਰ ਸਾਈਕਲ ਰੱਖੇ ਗਏ ਵਾਲੀਬਾਲ ਕੱਚੀ ਦੀ ਦੁਨੀਆ ਦਾ ਇਹ ਕਹਿੰਦੇ ਪਹਿਲਾ ਖਿਡਾਰੀ ਬਣਿਆ ਜਿਹਨੇ ਮੋਟਰਸਾਈਕਲ ਜਿੱਤਿਆ ਉਸ ਤੋਂ ਬਾਅਦ ਰਾਏਸਰ ਦੇ ਜੱਸੇ ਨੇ ਮੋਟਰਸਾਈਕਲ ਜਿੱਤਿਆ ਫਿਰ ਗੱਲਬਾਤ ਕਹਿੰਦੇ ਲੱਗੀ ਆ ਟਿਕਾਣੇ ਆ ਅੱਜ ਕੱਲ ਕਹਿੰਦੇ ਵੱਡੇ ਵੱਡੇ ਮੇਲੇ ਭੱਜੇ ਤੁਰੇ ਆਉਂਦੇ ਆ ਕੱਚੀ ਦੀ ਦੁਨੀਆ ਦੇ ਆ ਔਰ ਗੱਲਾਂ ਹੋਣਗੀਆਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਕਈ ਰਿਕਾਰਡ ਬਣ ਜਾਣਗੇ ਜੋਧਪੁਰੀਆ ਜੋਧਪੁਰੀਆ ਬੱਲੇ ਬੱਲੇ ਮੋਟਿਆ ਨਹੀਂ ਉਹ ਰੀਸਾਂ ਤੇਰੀਆਂ ਕਮਾਲ ਕਰ ਦਿੱਤੀ ਹੈ ਵਾਹ ਅਰਸ਼ ਇੱਕ ਤਗੜਾ ਨੰਬਰ ਜੋੜਤਾ ਮੁੰਡੇ ਨੇ ਆਪਣੀ ਟੀਮ ਦੇ ਲਈ ਖੇਡ ਬੜੀ ਤਗੜੀ ਲੱਗੀ ਵੀਰ ਕਹਿੰਦੇ ਵੱਡੇ ਮਾਣ ਦੇਵਾਂਗੇ ਆਪਾਂ 100 ਦੇ ਨਾਲ ਕੋਚ ਦਾ ਮਾਣ ਕੀਤਾ ਜਾਵੇਗਾ ਲੈ ਵੀ 12-18 ਨੇ ਵੀਰਾਂ 12-18 6 ਪੁਆਇੰਟਾਂ ਦਾ ਫਰਕ ਆ ਫਾਈਨਲ ਮੈਚ ਔਰ ਫੈਸਲੇ ਹੋਣਗੇ ਐਲਈਡੀਆਂ ਦੇ ਵੱਡਾ ਮੈਚ ਖੇਡਿਆ ਜਾ ਰਿਹਾ ਹੈ ਰਿਕਾਰਡ ਜਿਹੜੇ ਕਈ ਬਣ ਜਾਣਗੇ ਇਤਿਹਾਸ ਸਿਰਜਿਆ ਜਾ ਰਿਹਾ ਰਣੀਆਂ ਦੇ ਵੱਡੇ ਕੱਪ ਦਾ ਇਸ ਤੋਂ ਬਾਅਦ ਇੱਕ ਸਾਲ ਦਾ ਲਾਰਾ ਆਪਾਂ ਨੂੰ ਲਾ ਜਾਣਾ ਮੇਲੇ ਨੇ ਗੱਲਾਂ ਹੋਣਗੀਆਂ 52 ਜੇਤੂ ਕੌਣ ਬਣਦਾ ਨੰਬਰ ਜੋੜ ਕੇ ਆਪਣੀ ਟੀਮ ਦੇ ਲਈ ਟੂਰਨਾਮੈਂਟ ਉਸ ਪਲੇਅਰ ਨੂੰ ਕੱਪ ਨਾਲ ਸਨਮਾਨ ਕੀਤਾ ਜਾਊਗਾ ਇਧਰ ਗੁਰਤੇਜ ਦੇ ਲਈ ਵੀ 100 ਦਾ ਮਾਨ ਆ ਗਿਆ ਸਾਡੇ ਬਈ ਹਰਪ੍ਰੀਤ ਵੱਲੋਂ 100 ਕੋਚ ਦੇ ਲਈ ਇਹ ਬਾਅਦ ਖਿਡਾਰੀ ਮੇਰੇ ਕੋਲੋਂ ਪ੍ਰਾਪਤ ਕਰ ਲੈਣ 200 ਰੁਪਇਆ ਬਾਈ ਨੇ ਭੇਜ ਦਿੱਤਾ ਆਪਣੇ ਕੋਲ ਇਹ ਮੈਚ ਤੋਂ ਬਾਅਦ ਮੇਰੇ ਕੋਲੋਂ ਜ਼ਰੂਰ ਪ੍ਰਾਪਤ ਕਰ ਲੈਣਗੇ ਖਿਡਾਰੀ ਲਓ 13-18 ਦਾ ਮੁਕਾਬਲਾ ਹੈ 13-18 ਜਿੱਤ ਗਈ ਟੀਮ ਰਾਏਕੋਟ ਦੀ ਹੈ ਤੇ ਭਰਾ ਸਾਡਾ ਕਹਿੰਦਾ ਹਲਵਾਰੇ ਵਾਲਾ ਗਗਨ ਬੱਲ ਵੀ 500 ਦੇ ਨਾਲ ਆਪਾਂ ਸਨਮਾਨ ਗੋਪੀ ਦਾ ਕਰ ਦੇਣਾ ਹੈ ਵੱਡੇ ਮਾਣ ਹੋਣਗੇ ਠੀਕ ਹੈ ਜੀ
ਔਰ ਨਾਲ ਹੀ ਸਾਡੇ ਵੀਰ ਨੇ ਜਾਣਕਾਰੀ ਚ ਵਾਧਾ ਕੀਤਾ ਭਰਾ ਸਾਡਾ ਰਮਣਾ ਕਹਿੰਦਾ ਕਿ ਜਦੋਂ ਕਬੱਡੀ ਦਾ ਟੂਰਨਾਮੈਂਟ ਹੋਇਆ ਰਣੀਏ ਤੇ ਨਾਲ ਹੀ ਵਾਲੀਬਾਲ ਦਾ ਟੂਰਨਾਮੈਂਟ ਵੀ ਕਰਵਾਇਆ ਜਾਵੇਗਾ ਕਬੱਡੀ ਵਾਲੇ ਟੂਰਨਾਮੈਂਟ ਦੇ ਨਾਲ ਵੀਰ ਕਹਿੰਦੇ ਆਪਾਂ ਵੱਡਾ ਕੱਪ ਕਰਾਵਾਂਗੇ ਵਾਲੀਬਾਲ ਦਾ ਇਸੇ ਤਰ੍ਹਾਂ ਹੋਰ ਵੀ ਟੀਮਾਂ ਨੂੰ ਸੱਦਾਂਗੇ ਔਰ ਮੈਚ ਇਸ ਤੋਂ ਵੀ ਤਗੜੇ ਆ ਜਿਹੜੇ ਲੱਗਣਗੇ ਪਰਮਾਤਮਾ ਕਰੇ ਕਿਰਪਾ ਹੋਰ ਵੀ ਵੱਡੇ ਪ੍ਰਾਈਜ਼ ਵੱਡੇ ਪ੍ਰਬੰਧ ਕਰਕੇ ਵੀਰ ਕਹਿੰਦੇ ਆਪਾਂ ਕੱਪ ਕਰਵਾਉਣਾ ਇਸ ਧਰਤੀ ਦੇ ਗੱਲਾਂ ਹੋਣਗੀਆਂ ਲਾਓ ਬਈਏਵਾਲ ਦਾ ਜੋਟੀ ਦੇ ਰਾਏਸਰ ਦਾ ਜੱਸਾ ਇਧਰਲੇ ਪਾਸੇ ਟਰਾਈਆਂ ਕਰਦੇ ਰਹੇ ਆ ਅਰਗਲ ਸੈਂਟਰ ਜੋ ਗੋਪੀ ਆ ਗਿਆ ਗੋਪੀ ਦੇ ਕਹਿੰਦੇ ਜਿੰਦਰ ਦੀ ਖੇਡਦੀ ਹੈ ਇੱਕ ਕਹਿੰਦੇ ਵੱਖਰੀ ਆ ਜੋੜੀ ਬੜੀ ਪ੍ਰਸਿੱਧ ਆ ਮੁੰਡਿਆਂ ਦੀ ਹੈ ਵੀ ਰੱਖਣਾ ਜਵਾਈ ਜੇ ਘਰੇ ਤੇ ਵੱਧ ਕੁੜੀ ਤੋਂ ਜ਼ਮੀਨ ਸੋਹਣੀ ਚਾਹੀਦੀ ਹੈ ਉਹ ਨਵਾਂ ਹੀ ਰਿਵਾਜ ਇੱਕ ਹੋਰ ਚੱਲ ਪਿਆ ਆਖੇ ਘਰੇ ਵੀ ਨਨਾਣ ਹੋਣੀ ਚਾਹੀਦੀ ਹੈ ਤੇ ਜਿੰਨੀ ਮਰਜ਼ੀ ਹੈ ਲਗਾਉਣ ਇਕੱਠੀ ਕਰ ਲੋ ਉਹ ਜੰਗ ਢਿੱਲੋ ਕੋਈ ਭਰਾ ਨਾ ਬਣੇ ਤੇ ਚਾਚੇ ਚੋਂ ਪਿਆਉਣੀ ਕਦੇ ਲੱਭਦਾ ਮਾਸੀ ਕਦੇ ਮਾਂ ਨਾ ਬਣੇ ਉਹ ਚਾਚੇ ਚੋਂ ਪਿਆਉਣੀ ਕਦੇ ਲੱਭਦਾ ਬਈ ਮਾਸੀ ਕਦੇ ਮਾਂ ਨਾ ਬਣੇ ਜੰਗ ਢਿੱਲੋਂ ਦਾ ਕਹਿੰਦੇ ਪੜੈਣ ਪਿੰਡਾ ਜਿਹੜਾ ਲਿਖਦਾ ਤੇ ਗੱਲ ਕਹਿੰਦੇ ਹੁੰਦੀ ਹੈ ਦੂਰ ਦੁਰਾਡੇ ਪਰ ਮੈਂ ਤਾਂ ਵੀ ਕਹਿੰਦੇ ਹਾਲੇ ਪਤਾ ਨੀ ਵੀ ਜਾਣਾ ਕਿੱਧਰ ਨੂੰ ਹੈ ਇਹਦੇ ਵਾਲੀਵਾਲ ਤੇ ਬਾਸਮਤੀ ਦੇ ਭਾਲਾ ਕੰਮ ਹੀ ਹੁੰਦਾ ਵੀ ਜਾਣਾ ਕਿਹੜੇ ਪਾਸੇ ਆ ਗੱਲ ਦਾ ਇਹ ਮੌਕੇ ਤੇ ਪਤਾ ਲੱਗਦਾ ਬੜਾ ਤਕੜਾ ਮੈਚ ਖੇਡਿਆ ਜਾ ਰਿਹਾ ਹੈ ਔਰ ਖਿਡਾਰੀ ਕਹਿੰਦੇ ਜਿੱਤ ਦੇ ਲਈ ਜੂਝ ਰਹਿੰਦੇ ਆ ਵੀ ਯੋਧੇ ਰਣ ਵਿੱਚ ਜੂਝਦੇ ਆ ਦੋਂਦੇ ਤਲਵਾਰਾਂ ਉਸ ਗਾਂਢੇ ਦੇ ਹੱਥ ਹੁੰਦੀਆਂ ਦੀ ਆ ਉਹ ਜਿੱਤਾਂ ਤੇ ਹਾਰਾਂ ਤੇ ਖੁਸ਼ੀ ਮਨਾਈਏ ਜਿੱਤ ਦੀ ਆ ਬਈ ਨਾ ਹਾਰੋ ਦਰੀਏ ਤੇ ਬੰਦੜੇ ਬੋਲ ਨਾ ਬੋਲੀਏ ਉਹ ਕਰਤਾਰੋ ਦਰੀਏ ਪਤਲਾ ਸਰੀਰ ਆ ਤੇ ਤਾੜੀ ਤੋਂ ਵੱਡੀ ਆ ਖਿਡਾਰੀ ਦੇ ਲਈ ਆ ਗੋਪੀ ਨੇ ਕਮਾਲ ਕਰ ਦਿੱਤੀ ਹੈ ਮੈਚਾਂ ਤੇ 14 ਪੁਆਇੰਟ 18 ਰਾਏਸਰ 14 ਰਾਏਕੋਟ ਸ਼ੇਰੂ ਨਹੀਂ ਆਇਆ ਵੀਰੇ ਨਹੀਂ ਆਇਆ ਜੀ ਧੁੰਦ ਜ਼ਰੂਰ ਆ ਗਈ ਉਹੀ ਕੰਮ ਹੋਊ ਸੜਕਾਂ ਤੇ ਪਿੰਡੋ ਪਿੰਡ ਹੀ ਹੋਣਾ ਜੀ ਸਭ ਨੇ ਸਹੀ ਗੱਲ ਆ ਸਹੀ ਗੱਲ ਆ ਬਾਈ ਸਤਨਾਮ ਸਹੀ ਗੱਲ ਆ 18 ਤੇ 14 ਸਹੀ ਗੱਲ ਆ ਸਹੀ ਗੱਲ ਆ ਤਬਦੀਲੀ ਕੀਤੀ ਮੁੰਡਿਆਂ ਨੇ ਸੈਂਟਰ ਚ ਰਾਏਕੋਟ ਦਾ ਜਿੰਦਰ ਆ ਗਿਆ ਵੀ ਜੱਟਦਾ ਨੀ ਬੰਦਾ ਸਦਾ ਪਿੰਟ ਕੋਟਾਂ ਦਾ ਹਮੇਸ਼ਾ ਗੱਲ ਬਣਦੀ ਨੀ ਯਾਰੋ ਨੋਟਾਂ ਦਾ ਤੇ ਬੰਦੇ ਕਸੂਤੀ ਸੰਤ ਗਿੱਲ ਰੋਂਦੇ ਆ ਉਹ ਪੀੜਾਂ ਵੀ ਨੀ ਫਿਰਦੇ ਸਹਾਰ ਹੁੰਦੀਆਂ ਕਰੇ ਕੀ ਨਸ਼ੇੜੀ ਉਹ ਜਿਹਦਾ ਪੁੱਤ ਬਣ ਗਏ ਆ ਹਰ ਥਾਂ ਦੀ ਮਾਵਾਂ ਜ਼ਿੰਮੇਵਾਰ ਹੁੰਦੀਆਂ ਕਦੇ ਕੀ ਨਸ਼ੇੜੀ ਜਿਹਦਾ ਪੁੱਤ ਬਣ ਗਏ ਆ ਹਰ ਥਾਂ ਦੀ ਮਾਵਾਂ ਜ਼ਿੰਮੇਵਾਰ ਹੁੰਦੀਆਂ ਪਰ ਆ ਜ਼ਿੰਮੇਵਾਰੀ ਹੁਣ ਕੌਣ ਸਾਂਭਦਾ ਆ ਫਾਈਨਲ ਮੈਚ ਨੂੰ ਰੋਕ ਕੇ ਰੱਖਣ ਦੀ ਹੈ ਰਾਏਕੋਟ ਵਾਲਿਆ ਹੋ ਜਾ ਤਗੜਾ ਜੇ 2-4 ਬਾਲਾਂ ਲੱਗੀਆਂ ਤਗੜੀਆਂ ਤੇ ਮੈਚ ਨੇੜੇ ਉਹ ਮੈਚ ਨੇੜੇ ਲੱਗ ਜਾਣਾ ਹੈ 14 ਤੋਂ ਜੇ 1-2 ਪੁਆਇੰਟ ਹੋਰ ਜੁੜ ਗਏ ਤੇ ਮਿੱਤਰਾ ਗੱਲਬਾਤ ਜਿਹੜੀ ਹੈ ਉਹ ਨੇੜੇ ਲੱਗ ਜਾਣੀ ਹੈ ਮੈਚ ਟੌਪ ਦਾ ਖੇਡਿਆ ਜਾ ਰਿਹਾ ਹੈ ਵੀ 3 ਸ਼ਾਟਾਂ ਲਾਉਂਦੇ ਆ 2 ਡਿਫੈਂਸ ਪਾਉਂਦੇ ਆ ਨੈਟ ਤੋਂ ਸਮੈਸ਼ ਵੱਜੇ ਸਾਰੀ ਚਾਹੁੰਦੇ ਆ ਤੇ ਫੇਰ ਨਾਮ ਦੇਣ ਲਈ ਉਹ ਕਮੇਟੀ ਸੱਦੂਗੀ ਹੈ ਤੇ ਹੁਣ ਗੱਲ ਮਿੱਤਰੋ ਟਿਕਾਣੇ ਲੱਗੂਗੀ ਹੈ ਹੁਣ ਗੱਲ ਮਿੱਤਰੋ ਟਿਕਾਣੇ ਲੱਗੂਗੀ ਹੈ ਗੱਲ ਤੇ ਟਿਕਾਣੇ ਜੱਸੀ ਲੱਗ ਕੇ ਰਹਿਣੀ ਆ 14 ਪੁਆਇੰਟ ਹੋਰ ਜੋੜ ਗਏ ਤੇ ਤੁਹਾਨੂੰ ਚੰਗੀ
ਤੇਰਾ ਪਤਾ ਰਾਜਕੋਟ ਵਾਲਿਆਂ ਦਾ ਵੀ ਮੁੰਡੇ ਬਹੁਤ ਭੈੜੀ ਕਰਨਗੇ ਆ ਕਿਤੇ ਮਿੱਤਰ ਆਪਣੇ ਨਾਲ ਹੋਵੇ ਨਾ ਹੋਵੇ ਆ ਜਿਵੇਂ ਹਰ ਵਾਰ ਇਲੈਕਸ਼ਨਾਂ ਦੇ ਵਿੱਚ ਸ਼ਟਰਾਂ ਵਾਲੇ ਡੀਟੂ ਨਾਲ ਹੁੰਦੀ ਆ ਮਿੱਤਰਾ ਧਿਆਨ ਕਰਨਾ ਪੈਣਾ ਹੋ ਜਾ ਤਗੜਾ ਨੰਬਰ ਮੈਨੂੰ ਲੱਗਦਾ ਵੀ 15 ਜੋੜ ਗਏ ਨੇ 15-19 ਹੋ ਗਏ 15-19 ਚਾਰ ਪੁਆਇੰਟਾਂ ਦਾ ਫਰਕ ਹੈ ਬੜਾ ਤਗੜਾ ਸਿਗਨਲ ਖੇਡਿਆ ਜਾ ਰਿਹਾ 15-19 ਦੀ ਟੱਕਰ ਆ ਜੀ 21 ਦੀ ਗੇਮ ਹਾਂਜੀ ਹਾਂ ਕੱਚੀ ਦੇ ਬਹੁਤ ਤਗੜੇ ਟੂਰਨਾਮੈਂਟ ਹੋਈ ਜਾ ਰਹੇ ਨੇ ਬਾਈ ਇਸ ਵਾਰ ਹਾਂਜੀ ਹਾਂਜੀ ਸੋਨੂੰ ਧਾਲੀਵਾਲ ਜੀ ਬਿਲਕੁਲ 15 ਹੋ ਗਏ ਜੀ ਤੇ ਪਹੁੰਚ ਗਿਆ ਪ੍ਰਾਈਜ਼ ਬੈਸਟਾਂ ਨੂੰ ਵੀ ਵਧੀਆ ਪ੍ਰਾਈਜ਼ ਦਿੱਤੇ ਜਾਂਦੇ ਜਿਵੇਂ ਕਿਰਪਾਲ ਲਿਆ ਮੋਟਰਸਾਈਕਲ ਦੀ ਘਨੌਰ ਨੂੰ ਜੱਸੇ ਦਾ ਫਾਈਨਲ ਚੱਲੀ ਜਾਂਦਾ ਵੀਰੇ ਫਾਈਨਲ ਹੀ ਚੱਲੀ ਜਾਂਦਾ ਜੀ ਅਗਲੇ ਸਾਲ ਗੱਡੀਆਂ ਆਉਣਗੀਆਂ 2-3 ਬੋਲੀਆਂ ਵੀ ਮੁਕਾਬਲਾ ਖੇਡਿਆ ਜਾ ਰਿਹਾ ਫਾਈਨਲ ਮੈਚ ਔਰ ਵੇਖਾਂਗੇ ਕਿਹੜੇ ਉਹ ਭਾਗਾਂ ਵਾਲੇ ਹੋਣਗੇ ਖਿਡਾਰੀ ਜਿਨ੍ਹਾਂ ਨੇ ਬੈਸਟ ਬਣ ਜਾਣਾ ਹੈ ਔਰ ਗੱਲਾਂ ਹੋਣਗੀਆਂ ਐਲਈਡੀਆਂ ਦਿੱਤੀਆਂ ਜਾਣੀਆਂ ਵੀਰਾਂ ਦੇ ਵੱਲੋਂ ਇੱਧਰ ਗੋਪੀ ਦੇ ਜਿੰਦਰ ਉਧਰ ਜੱਸਾ ਦੇ ਜੋਟੀ ਹੈ ਆਓ ਹੁਣ ਬਣੀਆਂ ਇੱਕ ਸਾਰ ਜੋੜੀਆਂ ਹੁਣ ਬਣੀਆਂ ਮੇਰੇ ਯਾਰ ਜੋੜੀਆਂ ਹੁਣ ਬਣੀਆਂ ਨੰਬਰ ਜਿਹੜਾ 16 ਜੁੜ ਗਿਆ 16-19 ਹੋ ਗਿਆ ਕਹਿੰਦੀ ਬਾਈ ਯਾਰ ਜੇ ਫਾਈਨਲ ਮੈਚ ਵਧੀਆ ਲੱਗਿਆ ਬੇਸ਼ੱਕ ਖਾਂਦਾ ਪਰ ਇੱਕ ਵਾਰੀ ਤਾੜੀ ਮਾਰ ਦੋ ਯਾਰ ਜ਼ੋਰਦਾਰ ਦੋਨੋਂ ਟੀਮਾਂ ਦੇ ਲਈ ਹੈ ਆਓ 17 ਵੀ ਜੋੜ ਗਏ ਮੁੰਡੇ 17 ਹੋ ਗਏ ਰਾਏਕੋਟ ਦੇ 17-19 ਹੋ ਗਏ ਵੀਰੇ 17-19 ਜੀ ਸਣੀ ਬਾਈ ਨੇ ਮਾਣ ਕੀਤਾ ਮੁੰਡੇ ਦਾ ਵੀ ਮੁੰਡੇ ਦੀ ਖੇਡ ਬੜੀ ਤਕੜੀ ਹੈ 17 ਨੰਬਰ ਜੋੜ ਦਿੱਤਾ 2 ਪੁਆਇੰਟਾਂ ਦਾ ਫਰਕ ਹੈ 17-19 ਲੈ ਵੀ ਪ੍ਰਧਾਨ ਆਓ ਮੁੰਡਿਆਂ ਨੂੰ ਗਰਮੀ ਲੱਗਦੀ ਹੈ ਠੰਡ ਭਾਵੇਂ ਬੜੀ ਹੈ ਪਾਣੀ ਪਿਆਰੇ ਮਿੱਤਰਾ ਗੱਲਾਂ ਹੋਣਗੀਆਂ ਵੀ ਜਾਂ ਤਾਂ ਤੂੰ ਪਿਆਦੇ ਝੂਠਾ ਪਾਣੀ ਮੇਰੇ ਯਾਰ ਦਾ ਜਿਹਨੂੰ ਪੀ ਕੇ ਹੋ ਜਾ ਠੰਡਾ ਸੀਤ ਨੀ ਤੇ ਸਖੀ ਸਹੇਲੀਏ ਦੀ ਗੋਰਾਂ ਦੀ ਚੇਲੀਏ ਜਾਂ ਢੋਲ ਕੇ ਪਿਆਦੇ ਕੋਈ ਤਵੀਤ ਨੀ 17-19 ਰਾਏਕੋਟ 19 ਰਾਏਸਰ 17 ਰਾਏਕੋਟ 19 ਰਾਏਕੋਟ ਦੇ ਜੀ ਸੋਰੀ 17 ਰਾਏਕੋਟ 19 ਰਾਏਸਰ ਰਾਏਕੋਟ ਦੀ ਟੀਮ ਜੈਦੀ ਆ ਤਾਂ ਹਰਪ੍ਰੀਤ ਸੰਧੂ ਵੱਲੋਂ  500 ਦੇ ਵਿਸ਼ੇਸ਼ ਮਾਣ ਸਨਮਾਨ ਕੀਤੇ ਜਾਣਗੇ ਠੀਕ ਹੈ ਜੀ ਸੰਧੂ ਸਾਹਿਬ ਪਹਿਲਾਂ ਵੀ ਵੱਡੇ ਮਾਣ ਕੀਤੇ ਰਾਏਕੋਟ ਦੀ ਟੀਮ ਦੇ ਹਰਪ੍ਰੀਤ ਸੰਧੂ ਸਾਡਾ ਵੀਰ ਕਹਿੰਦਾ 500 ਦੇਵਾਂਗੇ ਆਪਾਂ ਜੇ ਰਾਏਕੋਟ ਦੀ ਟੀਮ ਜਿੱਤੇ 2 ਪੁਆਇੰਟਾਂ ਦਾ ਫਰਕ ਹੈ 17-19 ਦਾ ਮੁਕਾਬਲਾ ਖੇਡਿਆ ਜਾ ਰਿਹਾ ਵਿਕਾਸ ਬਾਰੇਗਾ ਦੀ ਵੀ ਲਾਈਵ ਵੈਲਕਮ ਜੀ ਵਿਕਾਸ ਬਾਰੇਗਾ ਤੁਹਾਨੂੰ ਤਾਂ ਕਿੱਧਰੋਂ ਭੇਜਦੀ ਵਿਕਾਸ ਤਾਂ ਹਾਂਜੀ ਹਾਂਜੀ ਸਮਨ ਸਧਾਰ ਜੀ ਮਿਲਦੇ ਹਾਂ ਜੀ ਸਹਿਜੜੇ ਓਕੇ ਓਕੇ ਜੀ ਮਾਸਟਰ ਰਾਜਗੜ੍ਹ ਜੀ ਦਿਲਸ਼ਾਦ ਜੇ ਰਾਏਕੋਟ ਦੀ ਟੀਮ ਜਿੱਤੇ 1100 ਕੋਚ ਨੂੰ ਮਾਸਟਰ ਰਾਜਗੜ੍ਹ ਜੀ ਵੱਲੋਂ ਓਏ ਤੋਪ ਦਾ ਗੋਲਾ ਨੈਟ 'ਚ ਆ ਗਿਆ ਬਾਈ ਦਿਲਸ਼ਾਦ ਰਾਏਕੋਟ ਜਿੱਤ ਗਈ 1100 ਕੋਚ ਨੂੰ ਮਾਸਟਰ ਰਾਜਗੜ੍ਹ ਵੱਲੋਂ ਨਾਲ ਹੀ ਮਾਸਟਰ ਰਾਜਗੜ੍ਹ ਜੀ ਉਹਨਾਂ ਵੱਲੋਂ ਵੀ ਜੇ ਰਾਏਕੋਟ ਦੀ ਟੀਮ ਜਿੱਤ ਗਈ ਤੇ ਕੋਚ ਦਾ ਸਨਮਾਨ 1100 ਨਾਲ ਜਿਹੜਾ 1100 ਨਾਲ ਕੀਤਾ ਜਾਵੇਗਾ ਪਰ ਗੋਪੀ ਨਾ ਚਾਹੁੰਦਾ ਵੀ ਆ ਜਿਹੜੀ ਵੱਡੀ ਗਲਤੀ ਕਰ ਗਿਆ ਔਰ ਸਾਹਮਣੇ ਕਹਿੰਦੇ 19-18 ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਬੜਾ ਟੌਪ ਦਾ ਮੈਚ ਖੇਡਿਆ ਜਾ ਰਿਹਾ ਦੋਨਾਂ ਟੀਮਾਂ ਦੇ ਦਰਮਿਆਨ ਔਰ ਰੌਂਦੇ ਵਾਲੇ ਕਹਿੰਦੇ ਦਿਲ ਨੇ ਇੱਕ ਗਾਣਾ ਲਿਖਿਆ ਔਰ ਗੱਲਾਂ ਹੋਣਗੀਆਂ ਰਬੜਿਆ ਔਰ ਵੀਰ ਸਾਡਾ ਕਹਿੰਦਾ ਵੀ ਕਈ ਕਲਾਕਾਰਾਂ ਕੋਲੇ ਗਏ ਆ ਪਰ ਕਿਸੇ ਨੇ ਹੱਥ ਨੀ ਪਾਇਆ ਵੀ ਇੰਨਾ ਜ਼ਿਆਦਾ ਸੱਚ ਲਿਖਿਆ ਹੋਇਆ ਔਰ ਭਰਾ ਸਾਹਿਬ ਨੇ ਫਿਰ ਆਪ ਹਥਿਆਰ ਚੱਕ ਲਿਆ
अपने दम से सुनी जो गाना आ गया ते कईआं दे कलेजिआं च अग लगनी है भी गल पक्की है क्योंकि रौंदे वाला जो जो लिखदा ते गल्लां हुंदियां वड्डियां रौंदे वाले गिनदियां लिखारी बन गया और मेनू लगता भी मैच भी बराबरी दे बिलकुल किन्ने किन्ने हो गए गिल नंबर भाई जी जे रायकोट की टीम जितनी आ हरप्रीत संधू वालों रायसर की टीम नू 500 दे मान सम्मान होणगे 18-19 है और सामने कहते मैच बड़ा तगड़ा बाहर बढ़िया होगा पर लोगों के अंदाजे हल भी है कि कुछ ना कुछ बनूगा जरूर आओ कहते गिल रौंदे वाला जो लिखता तो कुछ वखरा लिखता कि गिल सुन रौंदे दिया गिला आओ जिंद गानी रोलती अच्छे दिनों ने पंजाब की जवानी रोलती है अच्छे दिनों ने पंजाब की जवानी रोलती है रौंदे वाला कहते गिला भी तू कां भी जानती तू इल भी जानती है ते बड़िए मच्छा चने तू रौंदे वाले जिंद नू भी जानती है पर रौंदे वाले के चर्चे अजकल सत समुद्रों पार होंदे आ रमणिया पाकिस्तान कहते मुंडे ने चप्पा चप्पा दिखाता जाके और कहते गलबात लाती है टिकाने मैच बड़ा तगड़ा खेडा जा रहा है। हाँ जी वरिंदर जी भाई जी तो बॉल तो जोगी 100 रुपया जेड़ा बॉल सर दूंगा तुझे पारे च 100 रुपया भाई गई जिन्हें सीटी आ लिया मेरे 19 बराबर हो गए मेरे हिसाब ना मेरे कोच दी स्मैश 500 भी मिल रूड़े वाली साडा वीरो भी नेट ते खेलता है पीर कहता 500 देवांगे जेड़ा मुंडा सनी भाई थोड़े वाली साइड आके खड़ गया ये मुंडे नू कोच कहती है दुनिया पंजाबी नू माड़ी मोटी समझाउंदी है पर पंजाबी इतिहास दा इहनू चप्पा चप्पा पता है सिंघां दीआं कुरबानीआं बारे ओना पंजाबी नहीं जाण रहे जिन्ना इह हरियाणे वाला जाणदा है भिंडरां वाले संतां नू मना मूह ही प्यार करदा है सिक्खी दे बहुत नेड़े आ और जो जो कि रिश्ते जो भी कि लागे तागे विह होंगे ते मुंडा भंगड़े पाउंदा जिहड़े सिक्खी दे रिलेटेड गाने हुंदे ने उहनां दे भंगड़े पाउंदा जोबर वी कदे मत्था कंध नाल आओ कदे सरहद नाल इह कहिंदे बावे दीआं गीतां दा शौकीन आ मुंडा 19-19 बराबर हो गया मैनूं लगदा आओ टक्कर कहिंदे हो गई शेरां दी खड़ के देखू कुल जमाना कापोई ओह जुटणगे जिन्ना दे टौलिया पट्टां दे विच जाना आओ कप ओही ओह जुटणगे जिन्ना दे टौलिया ਪੱਟਾਂ ਦੇ ਵਿੱਚ ਜਾਣਾ ਵੱਡੇ ਲਖਾਰੀ ਅੱਜ ਦੇ ਉਸੇ ਟੂਰਨਾਮੈਂਟ ਨੂੰ ਲਾਈਵ ਤੱਕਦੇ ਆ ਫਿਰਦਰਾ ਕਿਤੇ ਵੱਡੇ ਮਾਣ ਵਾਲੀ ਗੱਲ ਆ ਰੌਂਦੇ ਵਾਲਾ ਗਿੱਲ ਲਾਈਵ ਵੇਖਦਾ ਅੱਜ ਦੇ ਟੂਰਨਾਮੈਂਟ ਨੂੰ ਭਰਾ ਕਹਿੰਦਾ ਵੀ ਨਜ਼ਾਰੇ ਜਿਹੜੇ ਵੱਜੇ ਪਿਆ ਖੇਡਵਾਲੀ ਵਾਲੇ ਰਾਏਕੋਟ ਥੱਲੇ ਥੱਲੇ ਗੋਪੀ ਨੇ ਪਟਾਕਾ ਫੇਰ ਚ ਦਮ ਲੱਗਿਆ ਫੇਰ ਚ ਪੈਰੀ ਮਾਰਦਾ ਜ਼ੋਰਦਾਰ ਗੋਪੀ ਦੇ ਲਈ ਆ ਆਹ ਗੋਪੀ ਨੇ ਕਦੇ ਕਮਾਲ ਕਰ ਦਿੱਤੀ ਆ ਰਾਏਸਰ ਵਾਲਿਆ ਪਾਣੀ ਮੈਨੂੰ ਸਿਰ ਤੋਂ ਲੰਘਦਾ ਲੱਗਦਾ ਹੁਣ ਮੈਨੂੰ ਲੱਗਦਾ ਵੀ ਪਾਣੀ ਸਿਰ ਤੋਂ ਲੰਘਦਾ ਕੁਝ ਵੱਖਰਾ ਕਰਨਾ ਪੈਣਾ ਧੁੰਦ ਵੀ ਕਹਿੰਦੀ ਆ ਵੀ ਥੋੜਾ ਦੇਣਾ ਕੀ ਆ ਮੁੰਡੇ ਕਹਿੰਦੇ ਵੀ ਅਸੀਂ ਲੈਣਾ ਵੀ ਕੀ ਆ ਪਟਾਕੇ ਪਾਈ ਤੁਰੇ ਆਉਂਦੇ ਆ ਟੁੱਬਰ ਗਿੱਲਾਂ 19-19 ਨੰਬਰ 19-19 ਲਓ ਜੀ ਲਾਸਟ ਪੁਆਇੰਟ ਆ ਗਿਆ ਰੈਸਰ ਦਾ ਜੀ 20-19 ਟੂਰਨਾਮੈਂਟ ਜੋੜੀ ਬੈਠਾ ਮੈਚ ਲੱਗਿਆ